ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਖਰੀਦੋ-ਫਰੋਖਤ ਵੀ ਆरोप ਲੱਗ ਰਹੇ ਨੇ ਕਿ 25-25 ਕਰੋੜ ਰੁਪਇਆ ਆਫਰ ਦਿੱਤੀ ਜਾ ਰਹੀ ਹੈ ਲੀਡਰਾਂ ਨੂੰ ਹੁਣ ਇਹ ਸੱਚ ਕਿ ਨਾ ਇੱਥੇ ਵੀ ਗਲਤ ਗੱਲ ਕਰਾਂਗੇ ਨਾਲ ਦੀ ਨਾਲ ਬੀਜੇਪੀ ਅਖਰਕਾਰ ਕਿਸ ਗਲਤੇ ਦਾਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ ਜਦਕਿ ਬਹੁਤ ਸਾਰੇ ਲੀਡਰ ਇਹਨਾਂ ਦੇ ਜਿਹੜੇ ਆ ਦੂਸਰੀਆਂ ਪਾਰਟੀਆਂ ਚੋਂ ਇੰਪੋਰਟ ਕਰਕੇ ਲਿਆਦੇ ਗਏ ਨੇ ਹੁਣ 2 ਸਾਲ ਦਾ ਕਾਰਜਕਾਲ ਕਿ ਤਰ੍ਹਾਂ ਦਾ ਰਿਹਾ ਆਮ ਆਦਮੀ ਪਾਰਟੀ ਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਸ਼ਰਾਬ ਨੀਤੀ ਨੂੰ ਲੈ ਕੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਈਡੀ ਦੀ ਹਿਰਾਸਤ ਦੇ ਵਿੱਚ ਨੇ ਤਮਾਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਨੇ ਅੱਜ ਰਾਜਨੀਤਿਕ ਵਿਸ਼ੇਸ਼ਗਿਆ ਨੇ ਗੁਰਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਇਹ ਹਾਜ਼ਰ ਚੁਕੇ ਨੇ ਪੋਲਿਟੀਕਲ ਸਾਇੰਸ ਡਿਪਾਰਟਮੈਂਟ ਦੇ ਮੈਂ ਗੱਲ ਕਰ ਰਿਹਾ ਡਾਕਟਰ ਜਗਰੂਪ ਸਿੰਘ ਸੇਖੋਂ ਦੀ ਤੁਹਾਡਾ ਸਵਾਗਤ ਹੈ ਸਸੀ ਕਾਲ ਜੀ ਸ਼ੁਕਰੀਆ ਜੀ ਪਸ਼ ਪੰਜਾਬ ਦੇ ਵਿੱਚ ਸਿਆਸੀ ਮੌਲ ਗਰਮਾਇਆ ਹੋਇਆ ਸਾਰੀਆਂ ਪਾਰਟੀਆਂ ਦਾਵਾ ਕਰ ਰਹੀਆਂ ਜੀ ਅਸੀਂ ਜਿੱਤ ਨਵਾਂ ਮਾਨ ਸਾਹਿਬ ਕਹਿੰਦੇ ਸੀ ਅਬ ਕੀ ਬਾਰ 13 0 ਭਾਜਪਾ ਕਹਿੰਦੀ ਅਸੀਂ 13 ਸੀਟਾਂ ਜਿੱਤੀਆਂ ਕਾਂਗਰਸ ਕਹਿੰਦੀ ਅਸੀਂ ਜਿੱਤਨੀ ਐ ਅਕਾਲੀ ਦਲ ਕਹਿੰ ਰਿਹਾ ਅਸੀਂ ਜਿੱਤਨੀ ਐ ਤੇ ਸੀਟਾਂ ਤੇ 13 ਹੀ ਐ ਜੀ ਤੇ ਅਜ ਤੱਕ ਕਦੀ ਹੋਇਆ ਨਹੀਂ ਵੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਕਿਸੇ ਇੱਕ ਪਾਰਟੀ ਨੂੰ ਮਿਲੀਆਂ ਹੋਣ ਇਹ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਤੁਸੀਂ ਇਸ ਸਿਆਸੀ ਘਟਨਾਕਰਮ ਨੂੰ ਇਹ ਤਾਂ ਗੱਲ ਠੀਕ ਹੈਗੀ ਤੁਹਾਡੀ ਕਿ ਸਿਆਸੀ ਪਾਰਟੀਆਂ ਨੇ ਤਾਂ ਕਹਿਣਾ ਹੀ ਹੁੰਦਾ ਜੀ ਕਿ ਅਸੀਂ ਸਾਰੀਆਂ ਜਿੱਤਾਂਗੇ ਜੀ ਕਿਉਂਕਿ ਐਸੇ ਬਸੇ ਦੇ ਉੱਤੇ ਲੋਕਾਂ ਨੂੰ ਮੋਬਾਈਲਾਈਜ਼ ਕਰਦੇ ਐਸੇ ਬਸੇ ਤੇ ਲੋਕਾਂ ਨੂੰ ਇੱਕਮੈ ਦੇਣਾ ਸ਼ੁਰੂ ਕਰਦੇ ਪਏ ਅਸੀਂ ਬਹੁਤ ਤਾਕਤਵਰ ਹੈਗੇ ਆ ਜੀ ਇਹ ਨਹੀਂ ਹੋਇਆ ਪਹਿਲੇ ਸਮੇਂ ਦੇ ਵਿੱਚ 1970 ਦੇ ਵਿੱਚ ਕਾਂਗਰਸ ਸਾਰੀਆਂ ਪਾਰਟੀਆਂ ਹਾਰ ਗਈ ਸੀ اپੋਜੀਸ਼ਨ ਜਿੱਤ ਗਈ ਸੀ ਇਸੇ ਤਰੀਕੇ ਨਾਲ 1998 ਦੇ ਵਿੱਚ ਕਾਂਗਰਸ ਪਾਰਟੀ ਬਿਲਕੁਲ ਸਾਫ਼ ਹੋ ਗਈ ਸੀ ਉਹ ਅਕਾਲੀ ਦਰ ਨੂੰ 8 ਸੀਟਾਂ ਮਿਲ ਗਿਆ ਸੀ ਬੀਜੇਪੀ ਤੇਨ ਲੱਗੀ ਸੀ ਦੋ ਹੋਰ ਉਹਦੇ ਵਿੱਚੋਂ ਲੱਗਿਆ ਸੀ ਇਦਾਂ ਹੁੰਦਾ ਰਿਹਾ 1992 ਦੇ ਵਿੱਚ ਤੁਸੀਂ ਦੇਖੋ ਵੀ ਬਿਲਕੁਲ ਕਾਂਗਰਸ ਨੇ ਹੁੰਜਾ ਫੇਰ ਲਿਆ ਸੀਗਾ ਸਾਰੀਆਂ ਸੀਟਾਂ ਉਹਦੇ ਵਿੱਚੋਂ ਉਹ ਲੱਗੀਆਂ ਸੀਗੇ ਸੋ ਇਹ ਇਦਾਂ ਹੁੰਦਾ ਰਹਿੰਦਾ ਪਰ ਹੁਣ ਹਾਲਾਤ ਹੋਰ ਆ ਹੁਣ ਦੀ ਰਾਜਨੀਤੀ ਜੇ ਦੇਖਿਆ ਜਾਵੇ ਤੇ ਰਾਜਨੀਤੀ ਦਾ ਜਿਹੜਾ ਲੈਵਲ ਹੈ ਬਹੁਤ ਥੱਲੇ ਚਲਾ ਗਿਆ ਇਹ ਰਾਜਨੀਤੀ ਤੇ ਰੌਲਾ ਹੀ ਰੌਲਾ ਹੈਗਾ ਇਹਦੇ ਵਿੱਚ ਸਬਸਟੈਂਸ ਨਹੀਂ ਹੈਗਾ ਮੁੱਦਾ ਨਹੀਂ ਹੈਗਾ ਇਹ ਮੁੱਦਾ ਵਿਹੋਣੀ ਰਾਜਨੀਤੀ ਹੈਗੀ ਆ ਤੇ ਜਿਹਦੇ ਵਿੱਚ ਇਹ ਲੀਡਰ ਭਾਵੇਂ ਕੱਲ ਹੀ ਹੋਣ ਬੀਜੇਪੀ ਹੋਵੇ ਜਾਂ ਆਪ ਹੋਵੇ ਜਾਂ ਕਾਂਗਰਸ ਹੋਵੇ ਉਸ ਸવાય ਰੋਲੇ ਰੱਪੇ ਤੋਂ ਹੋਰ ਕੋਈ ਚ ਨਹੀਂ ਆ। ਰਾਜਨੀਤੀ ਇਹਨਾਂ ਨੂੰ ਖੋਖਲਾ ਕਰ ਦਿੱਤਾ। ਇਹਨਾਂ ਦੀ ਲੀਡਰਸ਼ਿਪ ਜਿਹੜੀ ਉਹ ਬਹੁਤ ਹੱਦ ਤੱਕ ਖੋਖਲੀ ਹੋ ਚੁੱਕੀ ਆ। ਜਿਹੜੇ ਲੋਕਾਂ ਨੂੰ ਅੱਗੇ ਲੈ ਕੇ ਆਉਂਦੇ ਆ ਉਹ ਬਹੁਤਾ ਲੋਕਾਂ ਦੇ ਨਾਲ ਕਨੈਕਟ ਨਹੀਂ ਰੱਖਦੇ। ਲੀਡਰ ਤੇ ਬਣ ਜਾਂਦੇ ਆ ਪਰ ਲੀਡਰਸ਼ਿਪ ਕੁਆਲਟੀ ਜਿਹੜੀਆਂ ਹੋਣੀ ਚਾਹੀਦੀਆਂ ਉਹ ਸਾਰਾ ਕੁਝ ਉੱਚੋਂ ਮਿਸਿੰਗ ਆ। ਕਿਉਂਕਿ ਤਾਕਤ ਐਸੇ ਜਿਹੜੀ ਜਿਹੜੀ ਪੋਲਿਟੀਕਲ ਜਿਹੜੀ ਜਿਹੜੀ ਸਾਰਾ ਹੈਗੀ ਦੂਸਰੀ ਲੜਾਈ ਆ ਉਹ ਪੈਸੇ ਦੇ ਸਰਦੇ ਉੱਤੇ ਆ ਜਾਂ ਬਹੁਬਲੀ ਦੇ ਸਰਦੇ ਉੱਤੇ ਆ। ਜਾਂ ਡਰਾਉਣ ਤੋਂ ਧਮਕਾਉਣ ਵਾਲੇ ਪਾਸੇ ਵਾਲ ਹੈਗੀ ਆ ਜਾਂ ਇਦਾਂ ਦੇ ਲਾਰੇ ਲਾਪੇ ਰੌਣ ਵਾਸਤੇ ਆ ਵੀ ਆਉਣ ਵਾਲੇ ਸਮੇਂ 'ਚ ਅਸੀਂ ਆਹ ਕਰ ਦਵਾਂਗੇ ਆਹ ਕਰ ਦਵਾਂਗੇ ਲੋਕਾਂ ਦੇ ਮੁੱਦੇ ਦੇ ਵਿੱਚ ਉਹ ਗਾਇਬ ਹੋ ਜਾਂਦੇ ਆ ਇਹਨਾਂ ਸਾਰੀਆਂ ਪਾਰਟੀਆਂ ਨੇ ਜਿਹੜੇ ਕਹਿੰਦੇ ਅਸੀਂ 13 ਜ਼ੀਰੋ ਲਵਾਂਗੇ ਮਤਲਬ ਇਹਨਾਂ ਵੀ ਲੋਕਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਵੀ ਕਾਦੇ ਵਾਸਤੇ ਤੁਸੀਂ 13 ਸੀਟਾਂ ਕਲੇਮ ਕਿਉਂ ਕਰਦੇ ਜੋ ਕੋਈ ਤਾਂ ਮਕਸਦ ਹੋਣਾ ਚਾਹੀਦਾ ਵਾ ਇਹ ਸਾਰੇ ਇਹਦੇ ਕਲੇਮ ਦੇ ਵਿੱਚ ਲੋਕ ਕਿੱਥੇ ਬੈਠੇ ਆ ਕਦੀ ਉਹ ਲੋਕਾਂ ਦੇ ਮੁੱਦਿਆਂ ਦੀ ਵੀ ਗੱਲ ਕਰਦੇ ਆ ਸਿਰਫ ਪਾਰਟੀ 13 ਸੀਟਾਂ ਜਿੱਤਣ ਦੀ ਗੱਲ ਕਰਦੀ ਆ ਤੋ ਇਸ ਕਰਕੇ ਜਦੋਂ ਲੋਕਾਂ ਦੇ ਮੁੱਦੇ ਇੱਕ ਪਾਸੇ ਇਹ ਗੱਲ ਠੀਕ ਹੈ ਕਿ ਲੋਕਾਂ ਦੇ ਬਹੁਤ ਸੀਰੀਅਸ ਮੁੱਦੇ ਹੈਗੇ ਆ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵਿੱਚ ਅੱਜ ਵੀ ਆਪਾਂ ਦੇਖਦੇ ਆਂ ਕਿ ਲਾ ਐਂਡ ਆਰਡਰ ਅਜੇ ਵੀ ਸੀਰੀਅਸ ਸਮੱਸਿਆ ਹੈਗੀ ਆ ਕਿਸਾਨੀ ਦੀ ਸਮੱਸਿਆ ਉਹਦੇ ਵਿੱਚੋਂ ਖੜੀ ਆ ਅੱਜ ਵੀ ਦੇਖਿਆ ਜਾਵੇ ਕਿ ਇੰਪਲॉयਮੈਂਟ ਹੈ ਨਹੀਂ ਉਹਦੇ ਵਿੱਚੋਂ ਜਾਂ ਤੁਸੀਂ ਦੇਖੋ ਕਿ ਕੋਈ ਜਿਹੜਾ ਵਪਾਰੀ ਵਰਗ ਆ ਉਹ ਵੀ ਦੁਖੀ ਬੈਠਾ ਵਾ ਜਿਹੜਾ ਵਿਦਿਆਰਥੀ ਵਰਗ ਉਹ ਵੀ ਦੁਖੀ ਬੈਠਾ ਹੈ ਕੋਈ ਆਸ ਨਹੀਂ ਲੱਭਦੀ ਕਿ ਕਿਹੜੇ ਪਾਸੇ ਜਾਣ ਅਜੇ ਵੀ ਇੱਥੇ ਬੱਚੇ ਜਿਹੜੇ ਪੰਜਾਬ ਦੇ ਵਿੱਚੋਂ ਉਹ ਇੱਥੋਂ ਮਾਈਗ੍ਰੇਟ ਹੋ ਹੋ ਲਗਾਤਾਰ ਹੋ ਰਿਹਾ ਵਿਦਿਆ ਦਾ ਸਟੈਂਡਰਡ ਸਾਡਾ ਬਹੁਤ ਥੱਲੇ ਤੁਰਿਆ ਜਾਂਦਾ ਹੈ ਕੋਈ ਆਸ ਨਹੀਂ ਦਿਖਦੀ ਤੇ ਜਿਹੜੇ ਇਹ 13 ਦੀਆਂ 13 ਮੰਗਦੇ ਆ ਇਸ ਕਰਕੇ ਮੈਨੂੰ ਲੱਗਦਾ ਵੀ ਹੁਣ ਇਸ ਵੇਲੇ ਇਹ ਲੋਕਾਂ ਦੀ ਵਾਰੀ ਹੈ ਕੀ ਲੋਕ ਜਿਹੜੇ ਹੈਗੇ ਉਹ ਕੀ ਸੋਚਦੇ ਆ ਇਹਨਾਂ ਨੇ ਤਾਂ ਕਰਨਾ ਹੀ ਕਰਨਾ ਪੋਲਿਟਿਕਲ ਪਾਰਟੀਆਂ ਨੇ ਤੇ ਕਰਨਾ ਹੀ ਕਰਨਾ ਹੁਣ ਲੋਕ ਇਹਨਾਂ ਗਾੜੀ ਮੁੱਦੇ ਲੈ ਕੇ ਹੁਣ ਜਦੋਂ ਪੋਸ਼ਨ ਜਦੋਂ ਇਹ ਗੱਲਾਂ ਕਲੇਮ ਕਰਦੇ ਆ ਚਾਹੇ ਮੋ ਕਮੰਟਰੀ ਸਾਹਿਬ ਕਰਦੇ ਆ ਜਾਂ اپੋਜੀਸ਼ਨ ਵਾਲੇ ਕਰਦੇ ਆ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਕਿ ਸਾਨੂੰ ਇਹ ਦੱਸ ਦਿਓ ਤੁਸੀਂ 13 ਸੀਟਾਂ ਮੰਗਣ ਕਾਦੇ ਵਾਸਤੇ ਰਹੋ ਅੱਗੇ ਵੀ ਤੁਹਾਨੂੰ ਅਸੀਂ 99 ਸੀਟਾਂ ਦਿੱਤੀਆਂ ਜਾਂ 1500 ਰੁਪਏ ਨੂੰ ਅਸੀਂ ਕਾਂਗਰਸ ਨੂੰ ਦਿੱਤੇ ਜਾਂ ਨਾਰਮਲ ਪੋਜੀਸ਼ਨ ਤੋਂ 99 ਤੋਂ 1500 ਅਸੀਂ ਅਕਾਲੀਆਂ ਨੂੰ ਦਿੱਤੇ ਜੀ ਉਦੋਂ ਵੀ ਵੱਡੇ ਵੱਡੇ ਕਲੇਮ ਸੀ ਕੀ ਇਹਦੇ ਨਾਲ ਲੋਕ ਭਲਾਈ ਦੇ ਕੰਮ ਹੋਏ ਆ ਕੀ ਲੋਕਾਂ ਨੂੰ ਸੁਖਦਾ ਸਾ ਆਇਆ ਵਾ ਪ੍ਰੋਫੈਸਰ ਜਿਵੇਂ ਤੁਸੀਂ ਕਿਹਾ ਜੀ ਵੀ ਲੋਕਾਂ ਦੇ ਮੁੱਦੇ ਗਾਇਬ ਨੇ ਬਿਲਕੁਲ ਲੋਕਾਂ ਦੇ ਮੁੱਦੇ ਹੀ ਗਾਇਬ ਨੇ ਕੋਈ ਗੱਲ ਨਹੀਂ ਕਰ ਰਿਹਾ ਜੀ ਵੀ ਪਹਿਲੇ ਜਿਵੇਂ ਜੀ ਤੁਸੀਂ ਲਾਅਰਡ ਆਰਡਰ ਦੀ ਗੱਲ ਕੀਤੀ ਹੈ ਲਾਅਰਡ ਆਰਡਰ ਕਿੱਥੇ ਖੜਾ ਹੈ ਹੁਣ ਇਹ ਇਸ ਕੰਮ 'ਚ ਉਲਝੇ ਹੋਏ ਨੇ ਇਹਨਾਂ ਤੇ ਤਬਾਰ ਕੌਣ ਕਰੇ ਪਹਿਲੇ ਉਹ ਹੀ ਸ਼ੀਤ ਲੰਗੁਰਾਲ ਸਾਹਿਬ ਕਹਿੰਦੇ ਸਨ ਜਦੋਂ 2022 ਦੇ ਵਿੱਚ ਵੀ 25-25 ਕਰੋੜ ਰੁਪਏ ਦੀ ਆਫਰ ਹੋ ਗਈ ਹੁਣ ਉਹ ਹੀ ਕਹਿੰਦੇ ਨੇ ਵੀ ਇੱਕ ਉਥੇ ਮੰਤਰੀ ਦੇ ਘਰ ਦੇ ਵਿੱਚ ਇਹ ਸਾਰਾ ਸਿਆਸੀ ਡਰਾਮਾ ਰਚਿਆ ਗਿਆ 52 ਕਰੋੜ ਰੁਪਏ ਦਾ ਸਾਰਾ ਹੁਣ ਜਿਹੜੇ ਹੈ ਗੋਲਡੀ ਕ ਜਿਹੜੇ ਜਿੱਤੇ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਬਹੁਤ ਸਾਰੀਆਂ ਵੋਟਾਂ ਤੋਂ ਤੇ ਨਾਲ ਉਹਨਾਂ ਦੇ ਹੋਰ ਐਮਐਲਏ ਸਬਾਨ ਬੈਗੇ ਬੈਗੇ ਸੰਤ ਬਲਜਿੰਦਰ ਕੌਰ ਅੱਜ ਉਹਨਾਂ ਦੇ ਕਹਿੰਦੇ ਐਫਆਈਆਰ ਤਾਂ ਦਰਜ ਹੋ ਗਈ ਹੈ ਪਰ ਜਿਹੜੀ 2022 ਦੇ ਵਿੱਚ ਐਫਆਈਆਰ ਦਰਜ ਹੋਈ ਸੀ ਮਤਲਬ ਲੋਕਾਂ ਨੂੰ ਕਿਹ ਪ੍ਰਮਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੀ ਨਾਲ ਹੀ ਇਹਦੇ ਮੇਰੇ ਸਵਾਲ ਹੈ ਦੇਖੋ ਅਜੇ ਤੱਕ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਜਿਹੜੀ ਹੈ ਉਹ ਕਿਤਨੇ ਕੀਤੀ ਕਿਸ ਤਰ੍ਹਾਂ ਹੋਈ ਕੋਈ ਪਤਾ ਨਹੀਂ ਜੀ ਰੇਤਾ ਸਸਤੀ ਹੋਈ ਕਿਤੇ ਕਿਸਾਨ ਨੂੰ ਤੇ ਪਤਾ ਨਹੀਂ ਕਿੱਥੇ ਸਸਤੀ ਹੋਈ ਜੇ ਕਿੱਥੇ ਤੇ ਨਸ਼ਾ ਪੰਜਾਬ ਦੀ ਸਮੱਸਿਆ ਉਦਾਂ ਹੀ ਬਣਿਆ ਹੋਇਆ ਹੈ ਲਾਅ ਰਨਰ ਦੀ ਗੱਲ ਤੁਸੀਂ ਪਹਿਲੇ ਦੱਸ ਚੁੱਕੇ ਹੋ ਨਹੀਂ ਇਹ ਹੁੰਦਾ ਇੱਕ ਹੁੰਦਾ ਨਾ ਅੱਗਾ ਦੌੜ ਤੇ ਪਿੱਛਾ ਝੋੜ ਜੀ ਮਸਲੇ ਉੱਥੇ ਖੜੇ ਆ ਸਿਰਫ ਰਾਜਨੀਤੀ ਹੀ ਉਹਦੇ ਵਿੱਚ ਜਿਹੜੀ ਅੱਗੇ ਤੁਰੀ ਜਾ ਰਹੀ ਹੈ ਇਹ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਵਿਸ਼ਵਾਸ ਕੀਤਾ ਕਿਉਂਕਿ ਲੋਕੀ ਨਾ ਅਕਾਲੀਆਂ ਨੂੰ ਪਾਉਣਾ ਚਾਹੁੰਦੇ ਸੀ ਨਾ ਕਾਂਗਸ ਨੂੰ ਪਾਉਣਾ ਜਦੋਂ ਦੋਵਾਂ ਤੋਂ ਬਹੁਤ ਦੁਖੀ ਸੀਗੇ ਜੀ ਇਸੇ ਕਰਕੇ ਲੋਕਾਂ ਨੇ ਆਪ ਦੇਖਿਆ ਕਿ ਬੜੇ-ਬੜੇ ਜਿਹੜੇ ਬਾਬੇ ਬੋੜ ਸੀ ਜਿਹੜੇ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਨਾ ਜਿਹੜੀ ਸਾਰੀ ਉਮਰ ਹਾਰੇ ਨਹੀਂ ਸੀਗੇ ਜਿਹੜੇ ਆਪਣੇ ਆਪ ਦੇ ਲੋਕਾਂ ਦੇ ਮਾਈ-ਬਾਪ ਸੀਗੇ ਜਿਹੜੇ ਵੱਡੇ-ਵੱਡੇ ਮੁੱਖ ਮੰਤਰੀ ਰਹਿ ਮੰਤਰੀ ਰਹਿ ਨਾ ਬਹੁਤ ਵੱਡੇ-ਵੱਡੇ ਜਿਹੜੇ ਹੈਗੇ ਉਹਨੂੰ ਕਹਿਦੀ ਆ ਆਪਣੇ ਆਪ ਨੂੰ ਲੀਡਰ ਕਹਿੰਦੇ ਹੋ ਸਾਰਿਆਂ ਨੂੰ ਲੋਕਾਂ ਨੇ ਉਹਨਾਂ ਦੇ ਗੋਡੇ ਲਵਾ ਕੇ ਨਵੇਂ ਬੰਦੇ ਲੈ ਕੇ ਜੀ ਪਰ ਲੱਗਦਾ ਦੀ ਹੈ ਵੀ ਇਹ ਕੀ ਸਾਡੇ ਚੁਣੇ ਹੋਏ ਨਮਾਇਦ ਨਮਾਇਦੇ ਜਿਹੜੇ ਹੈਗੇ ਆ ਉਹ ਪੋਲੀਟੀਕਲੀ ਕੰਪੀਟੈਂਟ ਹੈ ਕੀ ਉਹਨਾਂ 'ਚ ਲੀਡਰਸ਼ਿਪ ਕੁਆਲਿਟੀ ਹੈਗੀ ਆ ਕੀ ਉਹਨਾਂ 'ਚ ਕਮਿਟਮੈਂਟ ਹੈਗੀ ਆ ਕੀ ਉਹਨਾਂ ਦੀ ਵਿਚਾਰਧਾਰਕ ਤੌਰ ਤੇ ਪ੍ਰਪੱਕ ਹੈਗੇ ਆ ਸਮੱਸਿਆ ਸਾਡੀ ਇਹ ਹੈਗੀ ਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਨੇ ਵਿਚਾਰਧਾਰਾ ਨੂੰ ਪਿੱਛੇ ਛੱਡ ਦਿੱਤਾ ਵਿਚਾਰਧਾਰਾ ਇੱਕ ਬੇਸਿਕਲੀ ਇੱਕ ਵਿਚਾਰਾਂ ਦਾ ਉਹ ਸਮੂਹ ਹੁੰਦਾ ਵਾ ਜਿਹਦੇ ਉੱਤੇ ਇੱਕ ਵਿਅਕਤੀ ਪੈਰਾ ਦਿੰਦਾ ਵਾ ਜੀ ਔਰ ਉਹ ਜ਼ਿੰਦਗੀ ਦੀ ਜਾਂ ਰਾਜਨੀਤੀ ਦੀ ਜਾਂ ਉਸ ਪਾਰਟੀ ਦੀ ਕਮਿਟਮੈਂਟ ਉਸ ਪ੍ਰਤੀ ਜਿਹੜੀ ਆ ਉਹ ਦੁਹਰਾਉਂਦੀ ਆ ਹੁਣ ਕਮਿਟਮੈਂਟ ਤਾਂ ਹੈ ਹੀ ਨਹੀਂ ਇੱਕ ਬੰਦਾ ਤਿੰਨ ਸਾਲਾਂ ਦੇ ਵਿੱਚ ਦੋ ਸਾਲਾਂ 'ਚ ਤਿੰਨ ਪਾਰਟੀਆਂ ਬਦਲੀ ਜਾਂਦਾ ਜਿਹੜਾ ਤੁਸੀਂ ਕਿਹਾ ਕਿ 25 ਕਰੋੜ ਰੁਪਏ ਉਹ ਕਹਿੰਦੇ ਸੀਗੇ ਤੇ ਹੁਣ ਉਹੀ ਬੰਦਾ ਕਹੀ ਜਾਂਦਾ ਵੀ ਸਾਡੇ ਨਾਲ ਇਹ ਫੇਕ ਫਿਗਰਿਸ਼ਨ ਕੀਤਾ ਫੇਥ ਕਿੱਥੇ ਕਿਹਦੇ ਤੇ ਇਤਬਾਰ ਕਰੂਗਾ ਕਿਹਦਾ ਵੀ ਇਸ ਵੜੇ ਜਿਹੜੇ ਰਾਜਨੀਤਿਕ ਲੀਡਰ ਹੈਗੇ ਆ ਉਹ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਇਹੋ ਆ ਜਿਹੜੇ ਮੌਜੂਦ ਆ ਕੁਝ ਨੂੰ ਛੱਡ ਕੇ ਜੀ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਸਮੱਸਿਆ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਬਣ ਚੁੱਕੀ ਉਹਨ ਲੋਕ ਜਾਣ ਤੇ ਕਿਹੜੇ ਪਾਸੇ ਜਾਣ ਆਮ ਬੰਦਾ ਰਾਜਨੀਤੀ ਦੇ ਵਿੱਚ ਕੰਨੀ ਕਿ ਤਰੋਂਦਾ ਕਿਉਂਕਿ ਰਾਜਨੀਤੀ ਚ ਆਉਣ ਲਈ ਤੁਹਾਨੂੰ ਬਹੁਤ ਕੁਛ ਚਾਹੀਦਾ ਤੁਹਾਨੂੰ ਪੈਸੇ ਚਾਹੀਦੇ ਆ ਅਨਿਸ਼ਚਿਤ ਸਮੇਂ ਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹਦੇ ਉੱਤੇ ਮਰਜ਼ੀ ਪਰਚਾ ਪਾ ਦਿਓ ਜੀ ਨੂੰ ਮਰਜ਼ੀ ਜੇਲ੍ਹ ਦੇ ਅੰਦਰ ਡਕ ਕਰ ਦਿਓ ਜਿਹਦੇ ਉੱਤੇ ਮਰਜ਼ੀ ਕੋਈ ਨਾ ਕੋਈ ਹੋਰ ਪੁਰਾਣਾ ਕੱਢ ਕੇ ਕੇਸ ਉਹਦੇ ਉੱਤੇ ਰੱਖ ਦਿ ਰਾਜਨੀਤੀ ਦੇ ਵਿੱਚ ਇੱਕ ਰਾਜਨੀਤਿਕ ਨੈਤਿਕਤਾ ਦਾ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਤੁਸੀਂ ਕੁਝ ਲੰਮਾ ਸੁਮਾ ਪੈਰਾ ਦਿਓ ਪਹਿਲਾਂ ਤਾਂ ਮੂੰਹ ਦੇ ਵਿੱਚੋਂ ਗੱਲ ਉਹ ਨਾ ਗੱਡੋ ਜਿਸ ਗੱਲ ਦਾ ਸਬਸਟੈਂਸ ਨਹੀਂ ਹੈ 5 ਕਰੋੜ ਦਾ ਜੇ ਸਬਸਟੈਂਸ ਨਹੀਂ ਤੇ ਇਹਨਾਂ ਨੇ ਕਿਹਾ ਕਿਉਂ ਇਹਦਾ ਮਤਲਬ ਜਿਹੜੇ ਹੁਣ ਛੱਡ ਕੇ ਬੀਜੇਪੀ ਚ ਗਏ ਆ ਕਹਨੂੰ ਬੀਜੇਪੀ ਨਾਲ ਵੀ ਉਹਦਾ ਕਰਨਗੇ ਇਹ politcal ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਹੈਗੇ ਆ ਜਾਂ ਜਿਹੜੇ politcal ਪਾਰਟੀਆਂ ਦੇ ਲੀਡਰ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਆ ਇਹ ਉਹਨਾਂ ਨੂੰ ਸੋਚਣ ਵਾਲੀ ਗੱਲ ਆ ਵੀ ਇਹ ਜਿਹੜੇ ਅੱਜ ਉਹਨਾਂ ਦੇ ਨਹੀਂ ਬਣੇ ਹੁਣ ਆਪਾਂ ਇੱਕ ਗ੍ਰੈਂਪਲ ਲੈ ਲੈਂਦੇ ਸਸੀਲ ਕੁਮਾਰ ਰਿੰਕੂ ਜੀ ਦੀ ਗੱਲ ਲੈ ਲੈਂਦੇ ਆ ਹੈ ਉਹ ਕਾਂਗਰਸ ਚੋਂ ਗਿਆ ਆਪਨੇ ਜਦੋਂ ਉਹ ਲਿਆ ਸੀ ਉਦੋਂ ਬਹੁਤ ਹੀਰੋ ਸੀਗਾ ਹੁਣ ਛੱਡ ਕੇ ਕਿਉਂ ਉਹ ਕਿੱਡੀ ਸਾਈਜ਼ ਕਿਉਂ ਕਰਦੇ ਹੋ ਆਪਦੇ ਵਿੱਚ ਹੀ ਬਹੁਤ ਸਾਰੇ ਬੰਦੇ ਇਸ ਤਰੀਕੇ ਨਾਲ ਆਏ ਆ ਉਹ ਤਾਂ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਇਸ ਕਰਕੇ ਕਰ ਲਿਆ ਵੀ ਯਾਰ ਇਹ ਨਵੇਂ ਬੰਦੇ ਹੈਗੇ ਆ ਪੁਰਾਣੇ ਬੰਦੇ ਘਾਗਵਾ ਉਹ ਬੰਦਿਆਂ ਚ ਉਹਨਾਂ ਨੇ ਬਹੁਤ ਹੀਰਾ ਫੇਰੀਆਂ ਕੀਤੀਆਂ ਪੰਜਾਬ ਦੀ ਤਬਾਹੀ ਕੀਤੀ ਚਲੋ ਨਵੇਂ ਬੰਦਿਆਂ ਚ ਲੈ ਕੇ ਆ ਨਵੇਂ ਬੰਦੇ ਇੰਨੇ ਨਵੇਂ ਬੰਦੇ ਆ ਕੋਨੇ ਤੇ ਪੈਰੀ ਹੈ ਨਹੀਂ ਕਿ ਕਿਉਂ ਉਹਨਾਂ ਨੇ ਮੰਤਰੀ ਦੇਖਿਆ ਗਿਆ ਕਹਿੰਦਾ ਵੀ 52 ਕਰੋੜ ਰੁਪਏ ਦਿੰਦੇ ਆ ਔਰ ਜੇ ਉਹਨਾਂ ਨੇ ਇਹ ਗੱਲ ਇਹ ਕਹੀ ਆ ਤੇ ਇਹਦਾ ਮਤਲਬ ਸਭ ਤੋਂ ਵੱਧ ਕਸੂਰਵਾਰ ਉਹ ਆ ਜਿਨ੍ਹਾਂ ਨੇ ਝੂਠ ਦੇ ਤੌਰ ਦੇ ਉੱਤੇ ਉਸ ਸਮੇਂ ਦੇ ਝੂਠ ਦਾ ਪ੍ਰਚਾਰ ਕੀਤਾ ਸੋ ਕਹਿਣ ਤੋਂ ਭਾਵ ਹੈ ਕਿ ਰਾਜਨੀਤੀ ਦੀ ਗ੍ਰਾਵਟਿ ਮਨ ਲੱਗਦਾ ਕਿ ਬਹੁਤ ਥੱਲੇ ਹੱਥ ਤੱਕ ਪਹੁੰਚ ਗਿਆ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਵਾਸਤੇ ਲੋਕ ਰਾਜ ਵਾਸਤੇ ਤੁਹਾਡੇ ਸਾਡੇ ਵਾਸਤੇ ਬਹੁਤ ਵੱਡੀ ਖਤਰੇ ਦੀ ਘੰਟੀ ਆ ਇਹਦੇ ਨਾਲ ਲਾਲਸਨੈਸ ਜਿਹੜੀ ਹੈਗੀ ਆ ਉਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੇ ਲੋਕਾਂ ਦਾ ਸੰਸਥਾਵਾਂ ਤੋਂ ਵਿਸ਼ਵਾਸ ਹੀ ਉੱਡ ਗਿਆ ਜੇ ਕੱਲ ਨੂੰ ਲੋਕੀ ਵੋਟਾਂ ਹੀ ਨਾ ਪਾਉਣ ਨੋਟਾ ਹੀ ਦਵਾ ਦੇਣ ਚੰਗੀ ਗੱਲ ਤਾਂ ਹੋਊ ਜੇ ਨੋਟਾ ਦਬਾ ਦੇਣ ਵੋਟਾਂ ਬੋਣ ਪਰ ਨੋਟਾ ਦਬਾ ਦੇਣ ਤੇ ਫੇਰ ਦੇਸ਼ ਦਾ ਬਣੂਗਾ ਕੀ ਸਰਕਾਰਾਂ ਚੱਲਣਗੀਆਂ ਕਿਵੇਂ ਔਰ ਐਡੇ ਵੱਡੇ ਦੇਸ਼ ਨੂੰ ਸੰਭਾਲਣਾ ਕਹਿੰਦੇ ਆ ਇੰਨੇ ਵੱਡੇ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਆ ਮੁੱਦਿਆਂ ਤੋਂ ਲੈ ਕੇ ਚੱਲੇ ਲੋਕਾਂ ਦਾ ਕੋਈ ਕਸੂਰ ਨਹੀਂਗਾ ਕਿਉਂਕਿ ਸੀ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਲੋਕਾਂ ਦੇ ਚੋਣਾਂ ਦੇ ਵਿੱਚ ਉਹਨਾਂ ਦਾ ਜਿਹੜਾ ਮੁੱਦੇ ਆ ਉਹ ਜਿਹੜੇ ਲੋਕ ਸਾਨੂੰ ਦੱਸਦੇ ਉਹਨਾਂ ਦੀ ਗੱਲ ਕਰਦੇ ਆ ਉਹਦੇ ਕਿਤੇ ਵੀ ਤੀਰਥ ਯਾਤਰਾ ਦੀ ਗੱਲ ਨਹੀਂ ਹੈ ਨਾ ਪ੍ਰਕਾਸ਼ ਸਿੰਘ ਬਾਦਲ ਵਾਲੇ ਆਏ ਵੀ ਤੀਰਥ ਯਾਤਰਾ ਕਰੋ ਲੋਕਾਂ ਨੂੰ ਨਾ ਇਸ ਬੰਦੇ ਵਾਲੇ ਆਏ ਵੀ ਤੀਰਥ ਯਾਤਰਾ ਕਰੋ ਉਹ ਤਾਂ ਗੱਲ ਕਰਦੇ ਵੀ ਸਾਨੂੰ ਸਾਡੀ ਜਿਹੜੀ ਮੰਗ ਆਈ ਉਹ ਤੋਂ ਕੱਟ ਕੀਤਾ ਜਾਵੇ ਸਾਨੂੰ এমਪਲॉयਮੈਂਟ ਦਿੱਤੀ ਜਾਵੇ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਲੱਭਿਆ ਜਾਵੇ ਨੌਜਵਾਨੀ ਜਿਹੜੀ ਪ੍ਰਵਾਸ ਕਰਦੀ ਆ ਉਹਨੂੰ ਰੋਕਣ ਵਾਸਤੇ ਠੋਸ ਉਪਾਅ ਕੀਤੇ ਜਾਣ ਜਾਂ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸੀਗਾ ਕਿ ਸਾਡਾ ਲਾ ਐਂਡ ਆਰਡਰ ਸਿਸਟਮ ਜਿਹੜਾ ਵਾ ਉਹਨੂੰ ਕੀਤਾ ਜਾਵੇ ਕਰਪਸ਼ਨ ਫ੍ਰੀ ਸਿਸਟਮ ਕੀਤਾ ਜਾਵੇ ਜਿਹੜੇ ਤੁਸੀਂ ਵਾਅਦੇ ਕਰਦੇ ਤੁਸੀਂ ਰੇਤ ਦੀ ਗੱਲ ਕੀਤੀ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਪੁੱਛਣਾ ਚਾਹੀਦਾ ਵੀ ਝੂਠੇ ਵਾਅਦੇ ਕਿਉਂ ਕਰਦੇ ਜੋ ਤੁਸੀਂ ਕਹਿ ਦੋ ਵੀ ਰੇਟ ਇਸੇ ਰੇਟ ਨਾਲ ਮਿਲਣੀ ਆ ਤੁਸੀਂ ਕਹਿ ਦੋ ਵੀ ਸ਼ਰਾਬ ਇਸੇ ਰੇਟ ਨਾਲ ਮਿਲਣੀ ਆ ਤੁਸੀਂ ਕਿਉਂ ਲੋਕਾਂ ਨੂੰ ਜਿਹੜਾ ਹੈਗਾ ਉਹ ਗਲਤ ਵਾਅਦੇ ਕਰਦੇ ਜੋ ਔਰ ਹਰ ਵਾਰੀ ਗਲਤ ਵਾਅਦੇ ਹੁੰਦੇ ਪਹਿਲਾਂ ਸਰਕਾਰਾਂ ਵੀ ਕਰਦੀਆਂ ਰਹੀਆਂ ਇਹ ਵੀ ਸਰਕਾਰ ਉਸੇ ਕੰਪੀਟਿਟਿਵ ਪਾਰਟੀ ਦੇ ਵਿੱਚ ਆ ਕਿਉਂ ਤੁਸੀਂ 70-8000 ਰੁਪਇਆ ਜਿਹੜੇ ਤਨਖਾਹ ਲੈਂਦੀਆਂ ਬੀਬੀਆਂ ਉਹਨਾਂ ਨੂੰ ਫ੍ਰੀ ਤੁਸੀਂ ਉਹ ਬਿਜਲੀ ਦਾ ਜਿਹੜਾ ਆਪਣਾ ਬਸ ਤਾਂ ਸਫ਼ਰ ਕਿਉਂ ਕਰਾਉਂਦੇ ਜੋ ਕਿਉਂ ਤੁਸੀਂ ਜਿਹੜੇ ਖਾਂਦੇ ਪੀਂਦੇ ਘਰਵਾ ਉਹ ਚ 300 ਯੂਨਿਟ ਬਿਜਲੀ ਜਿ ਜਿਹੜੇ ਬੰਦੇ ਲੋੜਵਾ ਕਿਉਂ ਨਹੀਂ ਇਹ ਪੈਸਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਲਾਇਆ ਜਾ ਸਕਦਾ ਤੁਸੀਂ ਆਪ ਹੀ ਦੇਖੋ ਕਿ ਭਗਵੰਤ ਮਾਨ ਸਾਹਿਬ ਦੇ ਜਿਹੜੇ ਪਹਿਲੇ ਬਿਆਨ ਸੀਗੇ ਤੇ ਹੁਣ ਦੇ ਬਿਆਨਾਂ ਨੂੰ ਤੁਸੀਂ ਕੱਢ ਕੇ ਵੇਖ ਲਓ ਤੁਹਾਡੇ ਲਈ ਬਹੁਤ ਹਾਸ ਹੋਣੀ ਬਣਦੀ ਆ ਸੈ ਦੇ ਲੀਡਰ ਨੂੰ ਪਤਾ ਨਹੀਂ ਵੀ ਜਿਹੜੀ ਅਸੀਂ ਗੱਲ ਮੂੰਹ ਕੱਢ ਦਿੰਨੇ ਆ ਉਹ ਲੋਕਾਂ ਨੂੰ ਯਾਦ ਨਹੀਂ ਜਿਹੜਾ ਹੁਣ ਤਾਂ ਡਿਜੀਟਲ ਸਾਰਾ ਕੁਝ ਹੈਗਾ ਇਲੈਕਟ੍ਰੋਨਿਕ ਪ੍ਰਿੰਟ ਹੈਗੀ ਅਗਲੇ ਕੱਢ ਕੇ ਉੱਥੇ ਰੱਖ ਦਿੰਦੇ ਸੋ ਮੇਰਾ ਕਹਿਣ ਤੋਂ ਪਾਵੇ ਹਫੜਾ ਦਫੜੀ ਪਈ ਆ ਉਹਦਾ ਕਾਰਨ ਇਹ ਆ ਕਿ ਸਾਡੇ ਕੋਲ ਸਿਆਸਤਦਾਨ ਨਹੀਂ ਹੈਗੇ ਕਾਰਨ ਇਹ ਆ ਕਿ ਪੰਜਾਬ ਅਜੇ ਇਸ ਜਿਹੜੀ ਖਾਸ ਕਰ ਇਹ ਸਿਰਫ ਤੇ ਸਿਰਫ ਆਪਣੇ ਲਈ ਆਪਣੀ ਪਾਰਟੀ ਦੀ ਹਿੱਤ ਲਈ ਜਾਂ ਦੂਸਰਿਆਂ ਨੂੰ ਖੁਸ਼ ਕਰਨ ਵਾਸਤੇ ਜਾਂ ਜਿੱਦਾਂ ਆਪਾਂ ਸਮਝਦੇ ਆਂ ਕਿ ਸਮਾਨ ਇਕੱਠਾ ਕਰਨ ਵਾਸਤੇ ਜਿਹੜਾ ਵਾ ਇਹ ਬਣੇ ਹੋਏ ਆ ਵੀ ਇੱਕ ਰਟੋੜਾ ਸਾਹਿਬ ਨੇ ਕਿਹਾ ਸੀਗਾ ਵੀ ਇੱਕ ਲੁੱਟ ਕੇ ਜਾ ਰਹੇ ਆ ਤੇ ਦੂਸਰੇ ਲੁੱਟਣ ਜਿਹੜੇ ਆ ਉਹ ਆ ਰਹੇ ਆ ਇੱਕ ਵਰਤਾਰਾ ਚੱਲਦਾ ਰਹੂਗਾ ਪਰ ਅਲਟੀਮੇਟਲੀ ਇਹਦੇ ਵਿੱਚ ਜਿਹੜੇ ਸਾਡੇ ਲੋਕ ਹੈ ਉਹ ਵਿਕਟਮ ਹੁੰਦੇ ਆ ਪੰਜਾਬ ਕਿੱਥੇ ਸੀ ਨੰਬਰ 1 ਸਟੇਟ ਸੀ ਹੁਣ ਪੰਜਾਬ ਦਾ ਕੋਈ ਨਾ ਨਾਸ਼ਾਨੀ ਨਹੀਂ ਹੈਗਾ ਹਰ ਪਾਸੇ ਵੱਲੋਂ ਪੰਜਾਬ ਜਿਹੜਾ ਪਛਾਣ ਧੱਕਿਆ ਗਿਆ ਪ੍ਰੈਸਰ ਸਵਾਲ ਫਿਰੋ ਹੀ ਆ ਜਾਂਦਾ ਨਾ ਜੀ ਵੀ ਫਿਰ ਲੋਕਾਂ ਨੇ ਤੇ ਵੋਟ ਪਾਈ ਇਹਨਾਂ ਤੇ ਤੇ ਵਾਰ ਕੀਤਾ ਵੀ ਇਹ ਆਪਣੇ ਘਰ ਘਰ ਜਿਹੜੇ ਉਹ ਭਰਨ ਲੱਗ ਪਏ ਆਪਣੀ ਗਰੀਬੀ ਦੂਰ ਕਰਨ ਲੱਗ ਪਏ ਜੋ ਕਮ ਹੋਰ ਵਾਇਤੀ ਪਾਰਟੀਆਂ ਕਰਦੀਆਂ ਸੀ ਉਹਨਾਂ ਦੇ ਬਹੁਤ ਸਾਰੇ ਜਿਹੜੇ ਬੰਦੇ ਉਹ ਕਰਨ ਲੱਪੇ ਲੋਕ ਕਿੱਥੇ ਜਾਣ ਮੈਨੂੰ ਲੱਗਦਾ ਕਿ ਲੋਕਾਂ ਨੂੰ ਧਿਰ ਬਣਨਾ ਚਾਹੀਦਾ ਹੁਣ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਤੁਸੀਂ ਬਹੁਤਾ ਵਿਸ਼ਵਾਸ ਨਹੀਂ ਕਰ ਸਕਦੇ ਇਹ 2 ਸਾਲੇ ਸਰਕਾਰ ਨੂੰ ਹੋਇਆ ਕਿੰਨੇ ਕੁ ਸੈਟੀਸਫਾਈ ਹੋਣਗੇ ਆ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਹੋਣੀਆਂ ਉਹ ਤੋਂ ਪਤਾ ਲੱਗ ਜਾਊਗਾ ਵੈਸੇ ਤਾਂ ਪੰਜਾਬ ਦੇ ਲੋਕਾਂ ਨੇ ਇਹ ਸਰਕਾਰ ਨੂੰ ਇੱਕ ਬਹੁਤ ਵੱਡੀ ਟਾਈਮ ਫਿਰ ਇੱਕ ਖਤਰੇ ਦੀ ਘੰਟੀ ਵਜਾ ਦਿੱਤੀ ਸੀ ਜਦੋਂ ਸੰਗਰੂਰ ਦੇ ਵਿੱਚ ਇਹਨਾਂ ਦੇ ਕੈਂਡੀਡੇਟ ਨੂੰ ਰਿਜੈਕਟ ਕਰਤਾ ਸੀ ਜੀ 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 ਜਲੰਧਰ ਦੇ ਵਿੱਚ ਬਾਹਰੋਂ ਬੰਦੇ ਲਿਆ ਕੇ ਇਹਨਾਂ ਨੇ ਉਹ ਪਾਰਟੀ ਕੈਂਡੀਡੇਟ ਜਿੱਤਿਆ ਸੀ ਪਰ ਪੂਰਾ ਜ਼ੋਰ ਲੱਗ ਗਿਆ ਸੀਗਾ ਉਹੀ ਰਵੈਤਿਆਂ ਪਾਰਟੀਆਂ ਵਾਲਾ ਜੋ ਤਾਮ-ਜਾਮ ਸੀ ਉਹ ਸਾਰਾ ਸ਼ੁਰੂ ਕੀਤਾ ਹੋ ਕੀ ਰਿਹਾ ਕਿ ਜਿਹੜਾ ਜਿਹੜੇ ਖਾਸ ਕਰਕੇ ਆਮ ਆਦਮੀ ਪਾਰਟੀ ਤੁਸੀਂ ਦੇਖਿਆਗੇ ਤਾਂ ਬਹੁਤ ਸੀਰੀਅਸ ਕ੍ਰਾਈਸਿਸ ਦੇ ਵਿੱਚ ਆ ਇਹਨਾਂ ਦੇ ਵੱਡੇ ਜਿਹੜੇ ਲੀਡਰ ਸੀ ਸਾਰੇ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਹੌਲੀ ਹੌਲੀ ਪੰਜਾਬ ਵਾਲੇ ਪਾਸੇ ਵਾਲੇ ਵੀ ਆਉਣ ਡੇ ਪਾਰਟੀ ਦਾ ਢਾਂਚਾ ਕੋਈ ਹੈ ਨਹੀਂਗਾ ਬਹੁਤੇ ਬੰਦੇ ਫੜ ਕੇ ਇਹਨਾਂ ਨੇ ਇਧਰ ਉਧਰ ਨੂੰ ਲਿਆਂਦੇ ਲਿਆਂਦੇ ਬੰਦੇ ਹੈਗੇ ਆ ਜਿਹੜੇ ਕਿਨਾਂ ਦੇ ਨਾਲ ਉਸ ਸਮੇਂ ਤੋਂ ਜੁੜੇ ਲੋਕ ਸੀਗੇ ਉਹ ਸਾਰੇ ਬਾਹਰਲੇ ਪਾਸੇ ਹਲ ਹੋ ਗਏ ਆਮ ਆਦੀ ਪਾਰਟੀ ਨੂੰ ਬਣਾਉਣ ਵਾਲੇ ਤੇ ਸ਼ੁਰੂ ਤੋਂ ਬਾਹਰਲੇ ਪਾਸੇ ਹਲ ਹੋ ਗਏ ਤੋ ਇਹ ਫਿਰ ਉਸੇ ਰਾਹ ਪੈ ਗਏ ਜਿਸ ਰਾਹ ਮਰਜੰਦਾ ਕਹਿ ਰੀਆ ਵੀ ਜਿਹੜੇ ਮਤਲਬ ਰਾਹ ਮੜੀਆਂ ਦੇ ਰਾਹ ਪਹਿਲੇ ਮੈਂ ਪਾਰਟੀਆਂ ਪਈਆਂ ਸੀ ਉਸੇ ਪਾਸੇ ਉਹ ਪਈਆਂ ਕਿਉਂਕਿ ਹੁੰਦੀ ਸੀ ਅਕਾਲੀ ਦਲ ਕਿੱਥੇ ਖੜਾ ਹੈ ਇਸ ਵੇਲੇ ਕਿਤੇ ਵੀ ਨਹੀਂ ਖੜਾ ਹੈ ਲੋ ਇਸੇ ਤਰੀਕੇ ਨਾਲ ਕਾਂਗਰਸ ਲਈ ਬਹੁਤ ਵੱਡਾ ਚੈਲੰਜ ਆ ਲੋਕੀ ਛੜਛੜ ਤੁਰੇ ਜਾਣਦੇ ਉਸ ਪਾਰਟੀ ਨੂੰ ਤੋ ਇਸ ਕਰਕੇ ਇਹ ਸਰਕਾਰ ਨੂੰ ਤਾਂ ਸਮਝਣਾ ਚਾਹੀਦਾ ਸੀਗਾ ਪਰ ਇਹ ਸਰਕਾਰ ਸਮਾਨੀ ਹੈਗਾ ਜਾਂ ਇਹ ਸਰਕਾਰ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਕੀ ਸੋਚਦੀ ਆ ਸਲਾਹ ਕਰ ਕਿਹੜੇ ਹੈਗੇ ਆ ਬਿਊਰੋਕ੍ਰੇਸੀ ਤੇ ਡਿਪੈਂਡੈਂਟ ਹੈਗੇ ਆ ਕਿੰਨੇ ਕਿ ਇਹਨਾਂ ਦੇ ਐਮਐਲਏ ਲੋਕਾਂ ਦੇ ਨਾਲ ਜੁੜੇ ਇਸ ਕਰਕੇ ਨਹੀਂ ਜੁੜੇ ਵੀ ਇਹ ਕਹਿ ਦਿੰਦੇ ਅਸੀਂ ਹੈਲਪਲਾਈਨ ਦਿੱਤੀ ਆ ਉਹਦੇ ਨਾਲ ਜੁੜਜੋ ਤੁਸੀਂ ਬਹਿ ਕੇ ਸੱਥਾਂ ਚ ਗੱਲ ਕਿਉਂ ਨਹੀਂ ਕਰਦੇ ਉਹਨਾਂ ਦੇ ਨਾਲ ਕਿੰਨੀ ਕਿ ਫੀਡਬੈਕ ਲੈ ਕੇ ਉਹ ਸਰਕਾਰ ਨੂੰ ਬਚਾਉਂਦੇ ਆ ਕਿੰਨਾ ਕੁ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਉਹ ਆਪਣੇ ਮੰਤਰੀਆਂ ਦੇ ਨਾਲ ਸਲਾਹ ਕਰਦੇ ਆ ਜਾਂ ਮੁੱਖ ਮੰਤਰੀ ਸਾਹਿਬ ਆਪਣੇ ਐਮਐਲਏ ਸਾਹਿਬ ਜਿਹੜੇ ਹੈਗੇ ਉਹਨਾਂ ਨਾਲ ਹਫ਼ਤੇ ਦੀ ਦੋ ਹਫ਼ਤਿਆਂ ਦੀ ਕੋਈ ਮੀਟਿੰਗ ਕਰਦੇ ਆ ਉਹਨਾਂ ਕੋ ਫੀਡਬੈਕ ਲੈਂਦੇ ਇਹ ਕੰਮ ਮਿਸਿੰਗ ਆ ਨਹੀਂ ਹੈਗਾ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਪਰ ਹੌਲੀ ਹੌਲੀ ਐਮਐਲਏ ਨੂੰ ਪਤਾ ਲੱਗ ਗਿਆ ਕਿ ਬਿਊਰੋਕ੍ਰਾਸੀ ਸੁਣਦੀ ਨਹੀਂ ਗੀ ਮੰਤਰੀਆਂ ਨੂੰ ਪਤਾ ਲੱਗ ਗਿਆ ਵਾ ਕਿ ਅਲਟੀਮੇਟਲੀ ਮੁੱਖ ਮੰਤਰੀ ਸਾਰੀਆਂ ਤਾਕਤਾਂ ਉਹਦੇ ਕੋਲ ਹੈਗੀਆਂ ਮੁੱਖ ਮੰਤਰੀ ਸਾਹਿਬ ਦਾ ਹੈਗਾ ਕਿ ਜੋ ਕੁਝ ਹਰ ਗੱਲ ਦੇ ਵਿੱਚ ਉਹ ਕੇਜਰੀਵਾਲ ਸਾਹਿਬ ਦੇ ਨਾਲ ਜਿਹੜੇ ਹੈਗੇ ਆ ਤੁਸੀਂ ਦੇਖੋ ਵੀ ਹਰ ਗੱਲ ਦੇ ਵਿੱਚ ਇੱਕ ਸਕੂਲ ਦਾ ਅਧ்கਾਟਨ ਕਰਨਾ ਤਾਂ ਕੇਜਰੀਵਾਲ ਸਾਹਿਬ ਹੋਣੇ ਚਾਹੀਦੇ ਆ ਕਿਉਂਕਿ ਸਕੂਲ ਦਾ ਫਿਰ ਜਿਹੜਾ ਮੰਤਰੀ ਉਹ ਕੀ ਕਰੂਗਾ ਉਸ ਦਾ ਡੀਓ ਕੀ ਕਰੂਗਾ ਉਤਨ ਦਾ ਬੀਓ ਜਿਹੜਾ ਉਹ ਕੀ ਕਰੂਗਾ ਸਕੂਲ ਦਾ ਡਿਮਾਸਟਰ ਕਿਉਂ ਨਹੀਂ ਕਰ ਸਕਦਾ ਉਹਦੇ ਵਿੱਚੋਂ ਕਰਕੇ ਜੇ ਤੁਸੀਂ ਬੱਸ ਸਟੈਂਡ ਦਾ ਰ ਘਟਨ ਕਰਨਾ ਤੇ ਤੁਸੀਂ ਸਾਰਾ ਸਾਰਾ ਬੰਦਾ ਉਹ ਇੱਥੋਂ ਆਣ ਕੇ ਕਰੂਗਾ ਤਾਂ ਮੇਰਾ ਖਿਆਲ ਹੈ ਕਿ ਜਿਆਦਾ ਡੀਲ ਹੋ ਗਿਆ ਇਸੇ ਕਰਕੇ ਜਿਹੜੀਆਂ ਗੱਲਾਂ ਕਰਦੇ ਸੀ ਜਿਹੜੇ ਮੁੱਦੇ ਠਾਉਂਦੇ ਸੀ ਔਰ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜੀ ਤੁਹਾਡਾ ਸਵਾਲ ਸੀ ਵੀ ਲੋਕਾਂ ਨੇ ਇਹਨਾਂ ਨੂੰ ਇੰਨਾ ਅਨ ਪ੍ਰੈਸੀਡੈਂਟਡ ਵਨਵੇਂ ਸੀਟਾਂ ਦੇ ਦਿੱਤੀਆਂ 44% ਵੋਟ ਸ਼ੇਅਰ ਦੇ ਦਿੱਤਾ ਲੋਕ ਧਿਰ ਬਣ ਕੇ ਇਹਨਾਂ ਦੇ ਨਾਲ ਖੜੇ ਹੋਗੇ ਪਰ ਹੌਲੀ ਹੌਲੀ ਲੋਕੀ ਡਿਸਪਾਇੰਟ ਹੋਣਾ ਸ਼ੁਰੂ ਹੋ ਗਏ ਕਿਉਂਕਿ ਅਸਲ ਮੁੱਦਿਆਂ ਦੀ ਥਾਂ ਦੇ ਉੱਤੇ ਰਵਾਇਤੀ ਰਾਜਨੀਤਿਕ ਪਾਰਟੀਆਂ ਦੀ ਸਿਆਸਤ ਵਾਲੇ ਪਾਸੇਲ ਇਹ ਜਿਹੜੇ ਹੈਗੇ ਸੀ ਚੱਲ ਪਏ ਬਾਲੀਆਂ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੇਸ ਬਣਾਉਣ ਲਈ ਸਾਰਾ ਉੱਥੇ ਜ਼ੋਰ ਲਾ ਦਿੱਤਾ ਫਿਰ ਤੁਸੀਂ ਦੇਖੋਗੇ ਆ ਜਿਹੜਾ ਪ੍ਰਚਾਰ ਸਾਧਨਾ ਦੇ ਉੱਤੇ ਕਿੰਨਾ ਕੰਮ ਕਰ ਦਿੱਤਾ ਕਿਉਂਕਿ ਪਰਸੋਂ ਇਹਨਾਂ ਨੇ ਜਦੋਂ ਇੱਥੇ ਆਏ ਸੀ ਉਦੋਂ ਇਹ ਤੇ ਕਹਿ ਹੀ ਨਹੀਂ ਸੀ ਵੀ ਅਸੀਂ ਪੰਜਾਬ ਦੇ ਸਿਰ ਦੇ ਉੱਤੇ ਬਾਕੀ ਥਾਂ ਤੇ ਆਪਣੀ ਪਾਰਟੀ ਲਾਂਚ ਕਰਾਂਗੇ ਤੇ ਨਾਲ ਹੀ ਪਰਸੋਂ ਦੇ ਨਾਲ ਸਵਾਲ ਹੈ ਦੇਖੋ ਕੇਰੀਵਾਲ ਸਾਹਿਬ ਮੰਤਰੀ ਹੈ ਭਗਵੰਤ ਆਪਣੇ ਬਹੁਤ ਸਾਰੇ ਮੰਤਰੀ ਚੁੱਪ ਨੇ ਉਹਦੇ ਤੇ ਅ ਦੋ ਆਈਐਸ ਅਫਸਰਾਂ ਨੂੰ ਜਿਹੜਾ ਈਡੀ ਨੇ ਸੰਮਨ ਕਰ ਕਰ ਲਿਆ ਵੀ ਪੇਸ਼ ਹੋਵੋ ਤੇ ਪੰਜਾਬ ਸਰਕਾਰ ਨੂੰ ਚਿੱਠੀ ਪੇਤੀ ਮੇਰੇ ਖਿਆਲ ਕੱਲ ਵਰਨ ਰੂਜਨ ਸਾਹਿਬ ਜਿਹੜੇ ਪੇਸ਼ ਹੋ ਵੀ ਆਏ ਨਹੀਂ ਈਡੀ ਦੇਗੇ ਤੇ ਤੁਹਾਨੂੰ ਕੀ ਲੱਗਦਾ ਆਉਣ ਵਾਲੀ ਜਿਹੜੀ ਇਹ ਆਗਿਆ ਇਹ ਸ਼ੇਕ ਹੈ ਜਿਹੜਾ ਸ਼ਰਾਬ ਨੀਤੀ ਦਾ ਹੈ ਉਹ ਪੰਜਾਬ ਵੱਲ ਵੀ ਆਏਗਾ ਦੋ ਗੱਲਾਂ ਸਿਗੀਆਂ ਜੇ ਤਾਂ ਜਿੱਦਾਂ ਅਲੈਜਡਲੀ ਹੈਗਾ ਕਿ ਸ਼ਰਾਬ ਨੀਤੀ ਦਿੱਲੀ ਚ ਬੈ ਕੇ ਬੈਠੀ ਆ ਇਹ ਇਹ ਸਰਕਾਰ ਲਈ ਇਹ ਠੀਕ ਨਹੀਂ ਸਿਗਾ ਹੋ ਸਕਦਾ ਹੈ ਕਿ ਬਹੁਤ ਅਨਜਾਨ ਹੁਣ ਪੰਜਾਬ ਇੱਕ ਪੂਰਾ ਫੁੱਲ ਫਲੈਸ਼ ਸਟੇਟ ਹੈਗਾ ਜੀ ਦਿੱਲੀ ਦੀ ਪੋਜੀਸ਼ਨ ਜਿਹੜੀ ਹੋਰ ਹੈਗੀ ਆ ਤੇ ਜੇ ਉਹ ਕੀਤਾ ਉਹਦੇ ਵਿੱਚ ਕੋਈ ਕਿਉਂਕਿ ਭਾਜਪਾ ਐਸ ਤਰ੍ਹਾਂ ਲੱਭ ਰਹੀ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਕੁੰਡੀ ਮਿਲ ਜਾਵੇ ਤੁਸੀਂ ਜਿੰਨੇ ਮਰਜੀ ਧਿਆਨਧਾਰ ਹੋ ਜਿੰਨੇ ਮਰਜੀ ਇਮਾਨਦਾਰ ਹੋ ਇੱਕ ਤਾਂ ਪਹਿਲੀ ਗੱਲ ਆ ਕਿ 100% ਕੋਈ ਧਿਆਨਧਾਰ ਹੁੰਦਾ ਨਹੀਂ ਨਾ ਹੋ ਹੀ ਸਕਦਾ ਨਾ ਉਹ ਇਮਾਨਦਾਰ ਹੋ ਸਕਦਾ ਮਨੁੱਖ ਆਪਾਂ ਆਪਣੀਆਂ ਲਾਈਕਿੰਗ ਵਾ ਡਿਸਲਾਈਕਿੰਗ ਆ ਸਾਰੀਆਂ ਬਿਟਵੀਨ ਦਾ ਲਾਈਨ ਹੁੰਦਾ ਕਿੰਨਾ ਕੁ ਤੁਸੀਂ ਇਸ ਪਾਸੇ ਲੋ ਜੇ ਤਾਂ ਉਹ ਕਿਉਂਕਿ ਗੱਲ ਠੀਕ ਹੈਗੀ ਆ ਕਿ ਸ਼ਰਾਬ ਦਾ ਧੰਦਾ ਇੱਕ ਉਹ ਧੰਦਾ ਵਾ ਕਿ ਇਹਦੇ ਵਿੱਚ ਮਾਫੀਆ ਕੰਮ ਕਰਦਾ ਹੈ ਜਿਹੜੇ ਸ਼ਰਾਬ ਦੇ ਠੇਕੇਦਾਰ ਆ ਤੁਸੀਂ ਦੇਖੋ ਜਿਹੜੇ ਕਾਂਗਰਸੀਆਂ ਵਾਲੇ ਠੇਕੇਦਾਰ ਸੀ ਉਹ ਕਾਲੀਆਂ ਵਾਲੇ ਸੀ ਜਿਹੜੇ ਕਾਲੀਆਂ ਵਾਲੇ ਸੀ ਉਹੀ ਠੇਕੇਦਾਰ ਹੋਣ ਆਈ ਜਾਂਦੇ ਆ ਸਭ ਨੂੰ ਪਤਾ ਹੈ ਕਿ ਬਹੁਤ ਵੱਡਾ ਵਪਾਰ ਆ ਬਹੁਤ ਵੱਡਾ ਧੰਦਾ ਹੈਗਾ ਔਰ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਜਿਹੜੇ ਆ ਉਹ ਕੰਮ ਕਰਦੇ ਆ ਕਿਹੜੀ ਡਿਸਟਿਲੀ ਤੋਂ ਲੈਣੀਆਂ ਐਲ 1 ਕਿੰਨੂੰ ਦੇਣਾ ਵਾ ਕਿਹਨੇ ਕਿਹੜੀ ਪਾਲਿਸੀ ਬਣਣੀ ਜੇ ਤਾਂ ਉਸ ਪਾਲਿਸੀ ਦੇ ਵਿੱਚ ਉਹਨਾਂ ਨੂੰ ਕੁਲੂ ਮਿਲਦਾ ਕਿਉਂਕਿ ਜਦੋਂ ਪਾਲਿਸੀ ਬਣਦੀ ਆ ਉਹਦੇ ਵਿੱਚ ਤੁਸੀਂ ਸੰਵਿਧਾਨ ਦੀ ਸੌਂ ਚੁੱਕਦਾ ਮੰਤਰੀ ਚੁੱਕਦਾ ਵਾ ਕਿ ਜਿਹੜੀ ਸਸਰੇ ਬਿਊਰੋਕ੍ਰੇਸੀ ਨਾਲ ਹੁੰਦੀ ਆ ਵੀ ਅਸੀਂ ਜਿਹੜਾ ਭੇਦਭਾਵ ਮਹਿਕਮੇ ਦਾ ਉਹਨੂੰ ਗੁਪਤ ਰੱਖਾਂਗੇ ਜੀ ਅਸੀਂ ਫੈਸਲੇ ਜਿਹੜੇ ਹੈਗੇ ਆ ਉਹ ਬਿਨਾ ਭੇਦਭਾਵ ਤੋਂ ਬਿਨਾ ਕਿਸੇ ਦੱਸੇ ਨੂੰ ਜਾਂ ਬਿਨਾ ਕਿਸੇ ਅੰਦਰੂਨੀ ਜਾਂ ਬਾਹਰੀ ਪ੍ਰੈਸ਼ਰ ਤੋਂ ਅਸੀਂ ਕੰਮ ਨਹੀਂ ਕਰਾਂਗੇ ਜੇ ਤਾਂ ਤਾਰ ਉੱਥੇ ਜੁੜਦੇ ਆ ਕਿਉਂਕਿ ਇਹਨਾਂ ਨੇ ਬਹੁਤ ਸਾਰਾ ਪੈਸਾ ਜਿਹੜਾ ਅਸੀਂ ਜਿਹੜੀਆਂ ਚੋਣਾਂ ਲੜੀਆਂ ਵਾ ਗੁਜਰਾਤ ਚ ਲੜੀਆਂ ਕੋਈ ਕਿਤੇ ਪੈਸਾ ਹੋਣਾ ਨਹੀਂ ਸੀਗਾ ਦਿੱਲੀ ਦੇ ਵਿੱਚ ਲੈਫਟੀਨੈਂਟ ਗਵਰਨਰ ਆ ਉੱਥੋਂ ਪੈਸਾ ਕਿੱਥੋਂ ਆ ਸਕਦਾ ਸੀਗਾ ਜੇ ਪੈਸਾ ਪੰਜਾਬ ਦੇ ਵਿੱਚੋਂ ਕਿਹਾ ਜਾਂਦਾ ਕਿ ਪ੍ਰਚਾਰ ਲਈ ਬਹੁਤ ਪੈਸਾ ਉੱਥੇ ਲਿਆਂਦਾ ਗਿਆ ਤੇ ਜੇ ਉੱਥੇ ਕਿਤੇ ਨਾ ਕਿਤੇ ਕੁੰਡੀ ਫਿੜਦੀ ਆ ਤੇ ਫਿਰ ਤੇ ਉਹਨਾਂ ਨੇ ਇਹਨਾਂ ਨੂੰ ਛੱਡਣਾ ਨਹੀਂਗਾ ਕੇਜਰੀਵਾਲ ਦੀ ਰੈਸਟ ਨੇ ਜਾਂ ਹੇਮਸ ਸੁਰੇਨ ਦੀ ਰੈਸਟ ਨੇ ਦੱਸ ਦਿੱਤਾ ਵੀ ਮੁੱਖ ਮੰਤਰੀ ਹੋਵੇ ਜਾਂ ਮੰਤਰੀ ਹੋਵੇ ਜਿਸ ਤਰੀਕੇ ਦਾ ਬੀਜੇਪੀ ਦਾ ਏਜੰਡਾ ਹੈਗਾ ਜਿਸ ਤਰੀਕੇ ਨਾਲ ਉਹ ਚਾਹੁੰਦੀ ਆ ਕਿ ਸਾਡੇ ਸਾਹਮਣੇ ਕੋਈ ਨਾ ਖੜੇ ਫਿਰ ਤਾਂ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਭਾਵੇਂ ਇਲੈਕਸ਼ਨ ਹੋ ਰਹੀ ਆ ਭਾਵੇਂ ਨਹੀਂ ਹੋ ਰਹੀ ਫਿਰ ਤਾਂ ਉਸ ਪਾਸੇ ਵੱਲ ਪਹੁੰਚਣਗੇ ਦੂਸਰੀ ਗੱਲ ਇੱਕ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਸਰਕਾਰ ਨੇ ਜਿਹੜਾ ਫਿਰੋਜ਼ਪੁਰ ਦੇ ਡੀਸੀ ਨੂੰ ਪੁੱਛਗਿੱਛ ਕੀਤੀ ਆ ਜੇ ਉਹਦੇ ਬਾਰੇ ਇਹ ਸੀਗਾ ਕਿ ਜਿਹੜਾ ਉਹ ਜਿਹੜਾ ਉੱਥੋਂ 에어ਪੋਰਟ ਵਾਲਾ ਸੀ ਜਾਂ ਅਮਰੂਦਾਂ ਦੇ ਬਾਗਾਂ ਵਾਲਾ ਸੀਗਾ ਦੋਨੋਂ 에어ਪੋਰਟ ਵਾਲਾ ਜੇ ਉਹਦੇ ਵਿੱਚ ਇਨਵੋਲਡ ਸੀ ਤੂੰ ਡੀਸੀ ਕਿਉਂ ਲਾਇਆ ਇਹਨਾਂ ਨੇ ਜੀ ਹੋਰ ਬੰਦੇ ਹੈ ਨਹੀਂ ਸੀਗੇ ਇਹ ਸਤਾਂਵਤ ਹੁੰਦੇ ਉਹਦੇ ਵਿੱਚੋਂ ਡੀਸੀ ਬਹੁਤ ਇੰਪੋਰਟੈਂਟ ਪੋਜੀਸ਼ਨ ਹੁੰਦੀ ਆ ਇਹਦੇ ਨਾਲ ਸਿਰਫ ਸਰਕਾਰ ਦੇ ਉੱਤੇ ਵੀ ਸਵਾਲੀਆ ਨਹੀਂ ਸਰਕਾਰ ਦੇ ਸਵਾਲੀਆ ਨਿਸ਼ਾਨ ਹੁੰਦਾ ਇਹਦਾ ਮਤਲਬ ਇਹ ਵੀ ਉਹੀ ਕੰਮ ਕਰਦੇ ਜਿਹੜਾ ਦਾਗੀ ਬੰਦਾ ਹੈਗਾ ਜਾਂ ਅਲੈਜ ਦਾਗੀ ਬੰਦਾ ਉਹਦੇ ਉੱਤੇ ਇਹ ਕਿਤੇ ਨਾ ਕਿਤੇ ਕੁਐਸਚਨ ਦਾ ਮਾਰ ਕੀਤਾ ਜਾਂਦਾ ਸੀ ਨਾ ਤੁਸੀਂ ਪਹਿਲੀ ਵਾਰੀ ਹੈ ਕਿ ਡੀਸੀ ਦੇ ਘਰ ਚ ਵੜ ਕੇ ਉਹਨਾਂ ਨੇ ਡੀਸੀ ਸਾਹਿਬ ਨੂੰ ਮੇਰੇ ਖਿਆਲ ਨਾਲ ਨਾਲ ਲੈ ਕੇ ਗਏ ਆ ਪੁੱਛ ਕੇ ਇਸ ਲਈ ਭਾਵੇਂ ਲੈ ਕੇ ਗਏ ਹੋਣ ਭਾਵੇਂ ਸਰਕਟ ਹੋ ਉਸੇ ਲੈ ਕੇ ਜਾਣ ਇਹ ਪੰਜਾਬ ਸਰਕਾਰ ਲਈ ਬਹੁਤ ਵੱਡੀ ਵਾਰਨਿੰਗ ਹੈ ਪੰਜਾਬ ਸਰਕਾਰ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਆ ਪਰ ਦੂਸਰਾ ਪਾਸਾ ਇਹ ਹੈਗਾ ਕਿ ਇਹ ਹੌਲੀ ਹੌਲੀ ਜਿਸ ਕਿਸਮ ਦੀਆਂ ਨੀਤੀਆਂ ਦੀ ਗੱਲ ਕਰਦੇ ਆ ਕਿਉਂਕਿ ਪੰਜਾਬ ਅਸਲ ਦੇ ਵਿੱਚ ਭੰਡਾਰੀ ਸਾਹਿਬ ਇਹ ਸੀਗਾ ਕਿ ਪੰਜਾਬ ਨੂੰ ਜਾਂ ਇਹ ਦੇਸ਼ ਨੂੰ ਜਿੱਥੇ-ਜਿੱਥੇ ਰੀਜਨਲ ਨੌਨ ਹਿੰਦੀ ਜਿਹੜੇ ਸਟੇਟਸ ਹੈਗੇ ਆ ਜਿੱਥੇ ਅਰੀਜਨਲ ਪਾਰਟੀਆਂ ਬਹੁਤ ਤਕੜੀਆਂ ਸੀ ਉਹਨਾਂ ਪਾਰਟੀਆਂ ਦੀ ਬਹੁਤ ਵੱਡੀ ਲੋੜ ਹੈ ਪੰਜਾਬ 'ਚ ਪੰਜਾਬ ਦੇ ਵਿੱਚ ਇੱਕ ਸਟਰੋਂਗ ਰੀਜਨਲ ਪਾਰਟੀ ਚਾਹੀਦੀ ਆ ਕਾਲੀ ਦਲ ਨੇ ਜਦੋਂ ਰੀਜਨਲ ਪਾਰਟੀ ਦਾ ਰੋਲ ਛੱਡ ਕੇ ਤੇ ਆਪਣੇ ਆਪ ਨੂੰ ਸੈਂਟਰ ਨਾਲ ਆਇਡੈਂਟੀਫਾਈ ਕੀਤਾ ਇਹ ਖਤਮ ਹੋ ਗਿਆ ਇਸੇ ਤਰੀਕੇ ਨਾਲ ਹੋਰ ਪਾਰਟੀਆਂ ਡੀਐਮਕੇ ਜਿਹੜੀ ਆ ਇਸੇ ਕਰਕੇ ਡੱਠੀ ਪਈ ਆ ਸਾਨੂੰ ਆਸ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਇੱਕ ਪੰਜਾਬ ਦੀ ਰੀਜਨਲ ਪਾਰਟੀ ਦੇ ਤੌਰ ਦੇ ਉੱਤੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਵਾਸਤੇ ਕੰਮ ਕਰਨਗੇ ਜੀ ਪਰ ਜਦੋਂ ਤੁਸੀਂ ਸਾਰੀਆਂ ਡਾਇਰੈਕਸ਼ਨਾਂ ਦਿੱਲੀ ਤੋਂ ਲੈਣੀਆਂ ਜਦੋਂ ਤੁਹਾਡੇ ਲਈ ਕੇਜਰੀਵਾਲ ਸਰ ਹੈਗੇ ਪ੍ਰਵਾਂਤ ਲੀਡਰ ਹੈਗੇ ਆ ਦੇ ਦੂਸਰੇ ਪਾਸੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਨਵੀਨਰ ਦਾ ਕੀ ਕੰਮ ਹੋਇਆ ਨੈਸ਼ਨਲ ਪਾਰਟੀ ਬਣ ਗਈ ਆ ਬਹੁਤ ਚੰਗਾ ਇਹਨਾਂ ਨੂੰ ਵਧਾਈ ਹੋਵੇ ਪਰ ਇਹ ਨੈਸ਼ਨਲ ਪਾਰਟੀ ਬਹੁਤਾ ਲੰਮਾ ਸਮਾਂ ਰਹਿਣੀ ਨਹੀਂ ਨੀਗੀ ਮੈਂ ਬਹੁਤ ਜ਼ਿੰਮੇਵਾਰ ਪੋਜੀਸ਼ਨ ਤੋਂ ਸਟੇਟਮੈਂਟ ਦੇ ਰਿਹਾ ਜਿਸ ਤਰੀਕੇ ਨਾਲ ਪਿਛਲੀਆਂ 4 ਪੰਜਾਬ ਵਿਧਾਨ ਸਭਾ ਜਿਹਨਾਂ ਨੂੰ ਨੋਟਾ ਤੋਂ ਘੱਟ ਵੋਟਾਂ ਮਿਲੀਆਂ ਜਿਸ ਤਰੀਕੇ ਨਾਲ ਗੁਜਰਾਤ ਦੇ ਵਿੱਚ ਇਹਨਾਂ ਦੇ ਲੋਕ ਖਿਸਕ ਰਹੇ ਆ ਜਿਸ ਤਰੀਕੇ ਨਾਲ ਗੋਆ ਦੇ ਵਿੱਚ ਵੀ ਸ਼ਾਇਦ ਇਦਾਂ ਹੋਇਆ ਹੋਵੇ ਇੱਥੇ ਬਿਲਕੁਲ ਪਹਿਸ਼ਾ ਤੇ ਹਿਸਟਰੀ ਹੈ ਜੀ ਕਿਉਂਕਿ ਤੁਸੀਂ ਬਹੁਤ ਸਾਰਾ ਰਾਜਨੀਤਿਕ ਵਿਗਿਆਨ ਪੜਾਇਆ ਹੋਇਆ ਹੈ ਬਹੁਤ ਸਾਰੀਆਂ ਕਿਤਾਬਾਂ ਵਿੱਚ ਲਿਖਿਆ ਹੈ ਵੀ ਅੱਜ ਐਸੀਆਂ ਪਾਰਟੀਆਂ ਜਿਹੜੀਆਂ ਕਿ ਬਹੁਤ ਵਾਰ ਬਣੀਆਂ ਚਾਹੇ origional ਹੋਵੇ ਜਿਨ੍ਹਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਦਾ ਨਾਂ ਨਿਸ਼ਾਨ ਵੀ ਨਹੀਂਗਾ ਤੇ ਬਹੁਤ ਸਾਰੀਆਂ ਪਾਰਟੀਆਂ ਜਿਹੜੇ ਬੰਦੇ ਉਹਨਾਂ ਦੇ ਇਲੈਕਸ਼ਨ ਵੀ ਨਹੀਂ ਲੜਦੇ ਨਹੀਂ ਮੈਂ ਐਗਜ਼ਾਮਪਲ ਦੇਣਾ ਸੀਪੀਆਈ ਦੀ ਜਿਹੜੀ ਨੈਸ਼ਨਲ 1952 ਦੇ ਵਿੱਚ ਮੇਜਰ اپੋਜੀਸ਼ਨ ਪਾਰਟੀ ਸੀ ਕਾਂਗਰਸ ਦੀ ਜੀ ਇੰਨੀ ਵੱਡੀ ਪਾਰਟੀ 올 ਇੰਡੀਆ ਲੈਵਲ ਦਾ ਬੇ ਉਹ ਅਜ ਸਟੇਟ ਨੈਸ਼ਨਲ ਪਾਰਟੀ ਦਾ ਸਟੇਟਸ ਜਿਹੜਾ ਕੋਆਪੇ ਇਹ ਟੈਕਨੀਕਲੀ ਨੈਸ਼ਨਲ ਪਾਰਟੀ ਆ ਜੀ ਬਾਕੀ ਤੇ ਇਹ ਬੇਸਿਕ ਜਿਹੜਾ ਇਹਨਾਂ ਦਾ ਫੋਕਸ ਸਾਰਾ ਪੰਜਾਬ ਦੇ ਉੱਤੇ ਆ ਜੀ ਦਿੱਲੀ ਦੇ ਵਿੱਚ ਠੀਕ ਆ ਕਿਉਂਕਿ ਲੈਫਟੀਨੈਂਟ ਜਿਹੜਾ ਹੈਗਾ ਗਵਰਨਰ ਸਾਹਿਬ ਉੱਥੇ ਹੈਗੇ ਆ ਮੇਰਾ ਕਹਿਣ ਤੋਂ ਭਾਵ ਸੀਗਾ ਕਿ ਸਾਨੂੰ ਇਹ ਲੱਗਦਾ ਸੀਗਾ ਕਿ ਇਹ ਪੰਜਾਬ ਸੈਂਟਰ ਖੋ ਜਾਂਦੇ ਇਹਨਾਂ ਨੂੰ ਬਹੁਤ ਵੱਡੀ ਮਦਦ ਸਾਡੇ ਜਿਹੜੇ ਬਾਹਰ ਇੰਦੇ ਭਾਈਚਾਰੇ ਨੇ ਦਿੱਤੀ ਸੀਗੀ ਪਹਿਲੀ ਵਾਰੀ ਹੋਇਆ ਕਿ ਲੋਕਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਦਿੱਤੀਆਂ ਲੋਕ ਇਹਨਾਂ ਦੇ ਨਾਲ ਢਿਰ ਬਣ ਗਏ ਕਿਉਂਕਿ ਉਹ ਅਕਾਲੀਆਂ ਦੇ ਖਿਲਾਫ ਸੀ ਉਹ ਕਾਂਗਰਸ ਦੇ ਖਿਲਾਫ ਸੀ ਇਹਨਾਂ ਨੂੰ ਲੋਕਾਂ ਨੂੰ ਸੈਂਟਰ ਰੱਖ ਕੇ ਤੇ ਅੱਗੇ ਵਧਣ ਦੀ ਬਜਾਏ ਇਹਨਾਂ ਦਾ ਸਾਰਾ ਜੋਰ ਲੱਗਾ ਵੀ ਜੋ ਸਾਨੂੰ ਦਿੱਲੀ ਦਰਬਾਰ ਕਹਿੰਦਾ ਜੋ ਸਾਨੂੰ ਜਿਹੜੇ ਉੱਤੋਂ ਡਾਇਰੈਕਸ਼ਨ ਆਉਂਦੇ ਆ ਜਾਂ ਜਿਸ ਤਰੀਕੇ ਨਾਲ ਉਹ ਹੁਣ ਲੋਕੀ ਲਾਉਂਦੇ ਗੱਲਾਂ ਵੀ ਜਾਜ ਪੰਜਾਬ ਦਾ ਹੈਗਾ ਝੂਟਿਓ ਲੈਣ ਦੇ ਆ ਹੁਣ ਇਹ ਜਿਹੜੀ ਗੁਜਰਾਤ ਦੇ ਵਿੱਚ ਜਾਂ ਨੈਸ਼ਨਲ ਪਾਰਟੀ ਦੇ ਨਾਲ ਭਗਵੰਤ ਮਾਨ ਨੂੰ ਕੀ ਮਿਲੂਗਾ ਜਾਂ ਤਾਂ ਭਗਵੰਤ ਮਾਨ ਜੀ ਕਨਵੀਨਰ ਬਣ ਜਾਂਦੇ ਉਹਦੇ ਵਿੱਚ ਨਹੀਂ ਮਿਲੂਗਾ ਪੰਜਾਬ ਨੂੰ ਹੋਰ ਵਿੱਚ ਕੀ ਮਿਲਿਆ ਜੇ 700 ਕਰੋੜ ਦਾ ਪ੍ਰਚਾਰ ਹੋ ਰਿਹਾ ਹੁਣ ਯੂਪੀ ਦੇ ਵਿੱਚ ਵਿਹਾ ਜਿੱਥੇ ਮਰਜੀ ਜਾਓ ਤੁਸੀਂ ਪ੍ਰਚਾਰ ਕਰਦੇ ਹੋ ਉਹ ਪ੍ਰਚਾਰ ਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹਾਂ ਪਰ ਸਰ ਇੱਕ ਬੜਾ ਵੱਡਾ ਨਾ ਦਸੀਗਾ ਜਦੋਂ ਏਜੰਡਾ ਸੀਬੀਸੀ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਤੇ ਪੰਜਾਬ ਤਾਂ ਪਰਸਪਹਿਲੇ ਕਰਜ਼ੇ ਚ ਡੁੱਬਿਆ ਤੇ ਤੇ ਹੋਰ ਕਰਜ਼ਾ ਲਈ ਜਾਂਦੇ ਇਸ ਤਰ੍ਹਾਂ ਤੇ ਕਿਵੇਂ ਚੱਲੂਗਾ ਆਉਣ ਵਾਲੀ ਪੀੜ੍ਹੀਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ ਨਹੀਂ ਵੇਖੋ ਇਹ ਜੁਮਲੇਬਾਜ਼ੀ ਆ ਅੱਜਕੱਲ ਰਾਜਨੀਤਿਕ ਜੁਮਲੇਬਾਜ਼ੀ ਬਹੁਤ ਚੱਲਦੀ ਐ ਇਸੇ ਕਰਕੇ ਪਾਰਟੀਆਂ ਦੀ ਸ਼ੈਲਫ ਲਾਈਫ ਬਹੁਤ ਥੋੜੀ ਆ ਐਸ ਵੇਲੇ ਮੈਂ ਠੀਕ ਆ ਵੀ ਉਹ ਇੱਕ ਪਾਰਟੀ ਨਾਲ ਚੰਗਾ ਵਾ ਵੀ ਕੇਜਰੀਵਾਲ ਜਿਹਾ ਭਗਵੰਤ ਮਾਨ ਹੋਣੇ ਮੋਦੀ ਸਾਹਿਬ ਦੀ ਡਿਕਟੇਟਰਸ਼ਿਪ ਅਥਾਰਟੀਰੀਅਨ ਦੇ ਖਿਲਾਫ ਲੜ ਲੜੇ ਆ ਡਟੇ ਪਏ ਆ ਉਹ ਪਾਰਟ ਚੰਗਾ ਹੈ ਪਰ ਕਿੰਨਾ ਚਿਰ ਲੜੇ ਡਟੇ ਰਹਿ ਸਕਦੇ ਆ ਜੇ ਤੁਹਾਡਾ ਪਾਰਟੀ ਦਾ ਟਾਂਜਾ ਤਕੜਾ ਹੋਵੇ ਤੁਸੀਂ ਲੰਮਾ ਸਮਾਂ ਡਟੇ ਰਹਿ ਸਕਦੇ ਜੀ ਹੁਣ ਲੋਕੇ ਦੇ ਨਾਲ ਇਹ ਕਿਉਂਕਿ ਇਹਨਾਂ ਦੇ ਕੋਲ ਤਾਕਤ ਹੈਗੀ ਆ ਤਾਕਤ ਦੀ وجہ ਦੇ ਨਾਲ ਜਿਹੜੇ ਲੋਕ ਨਾਲ जोडਦੇ ਕੱਲ ਨੂੰ ਪੰਚਾਇਤਾਂ ਦੀਆਂ ਇਲੈਕਸ਼ਨਸ ਹੋਣੀਆਂ ਵੱਡੀ ਫੋਰਸ ਤਾਂ ਪੰਜਾਬ ਦੇ ਵਿੱਚ ਹੋਈਆਂ ਨਾ ਜਦੋਂ ਪੰਜਾਬ ਇੱਕ ਫੁੱਲ ਫਲੈਸਟੇਟ ਉਹਦੇ ਵਿੱਚੋਂ ਕਰਕੇ ਰਜਿਸਟੈਂਸ ਦੂਸਰਾ ਕਿਸਾਨਾਂ ਦੀ ਰਜਿਸਟੈਂਸ ਇਹ ਹੈਗੀ ਆ ਪੰਜਾਬ ਕੇਂਦਰ ਸਰਕਾਰ ਦੀਆਂ ਅੱਖਾਂ ਦੇ ਵਿੱਚ ਲੜਕਦਾ ਵੀ ਹਾ ਕਈ ਪਾਸੇ ਨੂੰ ਲੜਕਦਾ ਇਹ ਬਾਡਰ ਸਟੇਟ ਵੀ ਹੈਗੀ ਆ ਇੱਥੇ ਤੇ ਬਹੁਤ ਵੱਡੀ ਗਿਣਤੀ 'ਚ ਬੱਚੇ ਫੌਜ ਦੇ ਵਿੱਚ ਭਰਤੀ ਵੀ ਹੈਗੇ ਆ ਪੰਜਾਬ ਦਾ ਆਪਣਾ ਇਤਿਹਾਸ ਵੀ ਹੈਗਾ ਵਾ ਸਾਰਾ ਕੁਝ ਹੈਗਾ ਤੇ ਪਰ ਉਹਨੂੰ ਸੰਭਾਲਣ ਦੀ ਜ਼ਿੰਮੇਵਾਰੀ ਤੇ ਇਹਨਾਂ ਨੂੰ ਨਹੀਂ ਸੀ ਨਾ ਤੁਸੀਂ ਇਹਨੂੰ ਕਿੱਦਾਂ ਸਮਝਣਾ ਲੋਕਾਂ ਨੇ ਯਕੀਨ ਕੀਤਾ ਜੀ ਲੋਕਾਂ ਨੇ ਤੇ ਵੋਟਾਂ ਲੋਕ ਪ੍ਰੈਸ਼ਰ ਆਮ ਬੰਦਾ ਤੇ ਵੋਟ ਪਾ ਸਕਦਾ ਤੁਸੀਂ ਅਸੀਂ ਸਾਡੇ ਕੋਲ ਪਾਵਰ ਤਾਂ ਹੈ ਨਹੀਂ ਤੇ ਜਦੋਂ ਇਹ ਸੀਟ ਤੇ ਬੰਦੇ ਨੇ ਤੇ ਨਾਲ ਹੀ ਇਹਨਾਂ ਦੀਆਂ ਅੱਖਾਂ ਹੋਰ ਜਦੋਂ ਬਾਹਰ ਹੁੰਦੇ ਨੇ ਸੱਤਾ ਤੋਂ ਉਦੋਂ ਇਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਜਦੋਂ ਇਹ ਸੱਤਾ 'ਚ ਆ ਜਾਂਦੇ ਨੇ ਉਦੋਂ ਉਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਨਹੀਂ ਤੈਨੂੰ ਖਤਮ ਹੋ ਜਾਂਦੇ ਨਾ ਤੁਸੀਂ ਦੇਖੋ ਸਭ ਤੋਂ ਪੁਰਾਣੀ ਪਾਰਟੀ origignal ਪਾਰਟੀ ਅਕਾਲੀ ਦਲ ਸੀ ਅੱਜ ਕੀ ਹਾਲ ਉਹਦਾ ਹੈ ਤਿੰਨ ਐਮਐਲਏ 1 ਐਮਐਲਏ ਉਹਨਾਂ ਦਾ ਅੱਖ ਨਹੀਂ ਮੰਦਾ ਹੈ ਤਿੰਨ ਅਰੀਜਨਾਂ ਦੇ ਵਿੱਚੋਂ ਇੱਕ ਇੱਕ ਐਮਐਲਏ ਬਣਿਆ ਉਹਨਾਂ ਦਾ ਹੈ ਇੱਕ ਅੱਖੇ ਨਹੀਂ ਲੱਗਦਾ ਉਹਨਾਂ ਦੇ ਮਨਪ੍ਰੀਤਿਆ ਵਾਲੀ ਉਹਨਾਂ ਨੇ ਵੋਟ ਨਹੀਂ ਪਾਈ ਪ੍ਰੈਜ਼ੀਡੈਂਟ ਨੂੰ ਉਹ ਅਜੇ ਵੀ ਬਾਹਰ ਬੈਠੇ ਰਹੇ ਕਿ ਦੋ ਜੀ ਹੈ ਖਤਮ ਹੋ ਗਈ ਇਹਨਾਂ ਵੱਡਾ ਢਾਂਚਾ ਹੈ ਸ਼੍ਰੋਮਣੀ ਗੁਰਦੈਰਾ ਪ੍ਰਬੰਧ ਕਮੇਟੀ ਆ ਧਰਮ ਨੂੰ ਨਾਲ ਲੈ ਕੇ ਚੱਲਦੇ ਆ ਕਿਸਾਨੀ ਕੇਸ ਸਮੇ ਦੇ ਨਾਲ ਇਹਦਾ ਵਿਚਾਰੇ ਜੇ ਤੁਰੇ ਕੱਲ ਵਾ 2014 ਇ ਤੁਰੇ ਸੀ 17 ਚ ਫੇਰ ਥੱਲੇ ਆ ਗਏ ਸੀ 22 ਦੇ ਵਿੱਚ ਲੋਕਾਂ ਨੇ ਵੇਖਿਆ ਵੀ ਜਿਹੜੀਆਂ ਦੋਹਾਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਜੀ ਇਹਨਾਂ ਨੇ ਕੁਝ ਕੰਮ ਕੀਤਾ ਮੈਂ ਕੁਝ ਆਪਣਾ ਫੇਰ ਹੋਣਾ ਚਾਹੀਦਾ এমਪਲాయਮੈਂਟ ਵਾਲਾ ਪਾਸਾ ਪਹਿਲੇ এমਪਲਾਈਮੈਂਟ ਦਿੱਤੀ ਜਾਂ ਕੱਲ ਉਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਸੋਰਸਸ ਜਨਰੇਟ ਕਰਨੇ ਪੈਣਗੇ ਤੁਸੀਂ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਤੁਸੀਂ ਹੋਰ ਕਰਜ਼ੇ ਦੀ ਪੰਡ ਜਿਹੜੀ ਉੱਤੇ ਬਿਠਾ ਦਿੱਤੀ ਕੋਈ ਰੀਸਟ੍ਰਕਚਰਿੰਗ ਨਹੀਂ ਕੀਤੀ ਕਿਸਾਨਾਂ ਨੇ ਏਡੀ ਵੱਡੀ ਮਦਦ ਕੀਤੀ ਸੀ 5 ਏਕੜ ਤੋਂ ਘੱਟ ਵਾਲੇ 80% ਕਿਸਾਨਾਂ ਨੇ ਆਵਾਜ਼ੀ ਪਾੜੀ ਨੂੰ ਵੋਟ ਪਾਈ ਸੀ ਜੀ ਇਹ ਅਨਪ੍ਰੈਸੀਡੈਂਟਡ ਹੈਗਾ ਹਰ ਇਲਾਕੇ ਦੇ ਵਿੱਚੋਂ ਹਰ ਤਮਕੇ ਦੇ ਵਿੱਚੋਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਦਲਿਤ ਭਾਈਚਾਰੇ ਨੇ ਵੋਟ ਪਾਈ ਸੀ OBC ਨੇ ਪਾਈ ਸੀ ਨੇ ਪਾਈ ਸਭ ਨੇ ਪਾਈ ਹਰ ਵਰਗ ਨੇ ਪਾਈ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਮੁਲਾਜ਼ਮਾਂ ਦਾ ਬਹੁਤ ਵੱਡਾ ਸਾਥ ਮਿਲਿਆ ਸੀ ਤੁਹਾਨੂੰ ਯਾਦ ਹੋਵੇ ਜਦੋਂ ਭਗੰਤ ਸਿੰਘ ਮਾਨ ਉੱਥੇ ਗਿਆ ਤੇ ਮੁਲਾਜ਼ਮਾਂ ਨੇ ਫੁੱਲਾਂ ਦੀ ਵਰਖਾ ਕੀਤੀ ਇਸ ਵੇਲੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਹਿਬ ਪੰਜਾਬ ਇੰਡੀਆ ਦਾ ਪਹਿਲਾ ਸਟੇਟ ਹੈਗਾ ਕਿ ਜਿੱਥੇ ਮੁਲਾਜ਼ਮਾਂ ਦੇ ਜਿਹੜੇ ਬਕਾਏ ਸੀਗੇ ਜਾਂ ਪੈਨਸ਼ਨਾਂ ਦੇ ਬਕਾਏ ਸੀ ਜਾਂ ਏਰੀਆ ਦੇ ਬਕਾਏ ਜਿਹੜੇ ਉਹਦੇ ਬਾਰੇ ਗੱਲ ਨਹੀਂ ਕੀਤੀ ਕਿ ਇਸ ਬਜਟ ਦੇ ਵਿੱਚ ਤੇ ਮੈਨੂੰ ਲੱਗਦਾ ਕਿ 13 ਜ਼ੀਰੋ ਦੀ ਗੱਲ ਕਰਦੀ ਹੈ ਡਰ ਇਹ ਲੱਗਦਾ ਕਿ ਕਦੇ ਅਦਰ ਵੇ ਰਾਉਂਡ ਨਾ ਹੋ ਜਾਏ ਉਹਦੀ ਬਹੁਤ ਵੱਡੀ ਪੋਸਿਬਿਲਿਟੀ ਹੈਗੀ ਆ ਕਿਉਂਕਿ ਇੱਕ ਉਹ ਛੱਡ ਕੇ ਚਲਾ ਗਿਆ ਬਾਕੀ ਜਿਹੜੇ ਬੰਦੇ ਇਹਨਾਂ ਨੇ ਖੜੇ ਕੀਤੇ ਪਾਰਟੀ ਤਿਆਰ ਨਹੀਂ ਕੀਤੀ ਮੰਤਰੀ ਨਾ ਚਾਹੁੰਦਿਆਂ ਹੋਇਆ ਵੀ ਉਹਨਾਂ ਨੂੰ ਉੱਥੇ ਲੜਨਾ ਪੈ ਗਿਆ ਮੈਨੂੰ ਨਹੀਂ ਲੱਗਦਾ ਤੁਸੀਂ ਵੀ ਫਿਰਦੇ ਦੋਦੇ ਮੈਨੂੰ ਕਰੈਕਟ ਕਰਦੇ ਹੋ ਜਿਹੜਾ ਮੇਰਾ ਖਾਸ ਕਰਕੇ ਮੱਝੇ ਵਾਲਾ ਪਾਸਾ ਮੈਂ ਵੇਖਿਆ ਮੁੱਖਿਆ ਬਾ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਕੈਂਡੀਡੇਟ ਜਿਹੜੇ ਹੈਗੇ ਆ ਇਹ ਬਹੁਤ ਵੱਡੀ ਕੋਈ ਟੱਕਰ ਦੇਣ ਦੀ ਪੋਜੀਸ਼ਨ ਦੇ ਵਿੱਚ ਹੈ। ਅੱਜ ਪਾਸਬ ਦੇਖੋ ਇੱਕ ਸਵਾਲ ਇਹ ਹੈ ਕਿ ਇਹਨਾਂ ਦੇ ਇਹਨਾਂ ਕੋਲ ਬੰਦੇ ਨਹੀਂ ਸੀਗੇ, ਸਟਰਕਚਰ ਨਹੀਂ ਬਣਾਇਆ ਇਹਨਾਂ ਨੇ। ਮੰਤਰੀ ਪੰਜ ਜਿਹੜੇ ਕੈਬਨਿਟ ਮੰਤਰੀ ਉਹਨਾਂ ਨੂੰ ਟਿਕਟਾਂ ਦਿੱਤੀਆਂ। ਪੰਜਾਂ ਦੀ ਜਨ ਅਨਾਉਂਸਮੈਂਟ ਕਰਨੀ ਹੈ ਇਹਨਾਂ ਨੇ। ਕਦੋਂ ਅਨਾਉਂਸ ਕਰਨਗੇ ਉੱਤੇ ਪਤਾ ਨਹੀਂ ਹੈ। ਤੇ ਹਜੇ ਵੀ ਇਹ ਦੂਸਰੀਆਂ ਪਾਰਟੀਆਂ ਦੇ ਉੱਪਰ ਜ਼ਿਆਦਾ ਡਿਪੈਂਡੈਂਟ ਨੇ। ਜਦੋਂ ਤੁਹਾਡੇ ਪੈਰ ਨਾ ਹੋਣ ਨਾ, ਜਦੋਂ ਤੁਹਾਡੇ ਕੋਲ ਗਰਾਊਂਡ ਨਾ ਹੋਵੇ। ਫਿਰ ਤੁਸੀਂ ਇਦਾਂ ਦੇਖਦੇ ਇਹ ਪਾਰਟੀਆਂ ਚੱਲਦੀਆਂ ਨੇ। ਇਹ ਅਨਫੋਰਚੂਨੇਟ ਇਹਨਾਂ ਪਾਰਟੀਆਂ ਦਾ ਵੀ ਹੈਗਾ ਵਾ। ਤੇ ਸਭ ਤੋਂ ਵੱਡੀ ਬਦਕਿਸਮਤੀ ਸਾਡੇ ਲੋਕਾਂ ਦੀ ਹੈਗੀ ਆ ਕਿਉਂਕਿ ਵਿਚਾਰਧਾਰਾ ਕੀ ਬਣ ਗਈ ਤੁਸੀਂ ਇਹਨਾਂ ਨੇ ਦੋ ਕਾਂਗਰਸ ਤਿੰਨ ਕਾਂਗਰਸ ਦੇ ਬੰਦੇ ਲੈ ਇੱਕ ਰਿੰਕੂ ਲਿਆ ਉਹ ਵੀ ਤੜ ਗਿਆ ਇੱਕ ਚੱਬੇਵਾਲ ਸ਼ਾਇਦ ਉਹ ਲਿਆ ਉਹ ਵੀ ਕਾਂਗਰਸ ਤੋਂ ਆਇਆ ਇੱਕ ਉੱਥੋਂ ਜਿਹੜਾ ਜੀਪੀ ਲਿਆ ਉਹਨੂੰ ਕਿਹੜਾ ਵੋਟ ਪਾਊਗਾ ਜੀ ਕਿਉਂ ਲੋਕੀ ਵੋਟ ਪਾਉਣਗੇ ਇਹਨਾਂ ਨੇ ਲੋਕਾਂ ਨੂੰ ਟੇਕਨ ਫਰ ਗਾਰੰਟੀ ਲੈ ਲਿਆ ਫੇ ਲੋਕ ਇਹਨਾਂ ਨੂੰ ਵੋਟ ਪਾਉਣਗੇ ਕੀ ਦੱਸਣਾ ਕਿਸ ਕਰਕੇ ਵੋਟ ਪਾਉਣਗੇ ਅਭੀ ਕੀ ਆਪਣੀ ਤੜੀ ਉਪਲਬਧੀਆਂ ਗਈਆਂ ਤੁਸੀਂ ਕੀ ਕਰ ਰਹੇ ਜੋ ਹੁੰਦਾ ਤਾਂ ਚੰਗਾ ਇਹ ਕਿ ਇਹ ਨਹੀਂ ਹੈਗਾ 10 ਸਾਲ ਪੁਰਾਣੀ ਚਲੋ ਪਾਰਟੀ ਸ਼ੁਰੂ ਹੋਈ ਪਾਰਟੀ ਬਣ ਗਈ ਸੀ ਤੁਸੀਂ ਆਪਣਾ ਕਿਡਰ ਪੈਦਾ ਕਰੋ ਮੰਤਰੀਆਂ ਨੂੰ ਲਿਆਉਣ ਦੀ ਕੋਲਡ ਸੀਪ ਤੁਹਾਡੀ ਪਾਰਟੀ ਕਿੱਥੇ ਆ ਤੁਸੀਂ ਡਿਫੈਕਟ ਕਰਦੇ ਹੋ ਤੁਹਾਡੇ ਅੰਮ੍ਰਿਤਸਰ ਦੇ ਵਿੱਚ ਮੇਰੇ ਖਿਆਲ ਮੇਰ ਨੂੰ ਡਿਫੈਕਟ ਕੀਤਾ ਸੀ ਇਦਾਂ ਹੋਰ ਕਰਦੇ ਆ ਪਹਿਲਾਂ ਉਹਨੂੰ ਕੈਂਡੀਡੇਟ ਬਣਾਇਆ ਸੀਗਾ ਮਤਲਬ ਕਿਹੜੀ ਵਿਚਾਰਧਾਰਾ ਤੁਹਾਡੀ ਤੁਸੀਂ ਭਾਜਪਾ ਵਾਲਾ ਆ ਗਿਆ ਉਹ ਵੈਲਕਮ ਹੈਗਾ ਜੀ ਇੱਕ ਹੋਰ ਗੱਲ ਕਰਦਾ ਮੈਂ ਹਾਸਲ ਨਹੀਂ ਕਾਣੀ ਸੀ ਕਿ ਸੀਐਮ ਸਾਹਿਬ ਸਰਪੰਚਾਂ ਨੂੰ ਪਾਰਟੀ 'ਚ ਲਿਆਉਣ ਰਏ ਤੇ ਇਹਨਾਂ ਦੇ ਐਮਐਲਏ ਤੇ ਜਿਹੜਾ ਆਪਣਾ ਐਮਪੀ ਸੀਓ ਛੱਡ ਕੇ ਜਾ ਰਿਹਾ ਸੀਗਾ ਠੀਕ ਗੱਲ ਹੈ ਪਰ ਇੰਨੀ ਹਾਸੋ ਹਣੀ ਸਥਿਤੀ ਦੇ ਵਿੱਚ ਉਹਦਾ ਕਾਰਨ ਇਹ ਹੈਗਾ ਭੰਡਾਰੀ ਸਾਹਿਬ ਪਾਰਲੀਮੈਂਟ ਇਨਜ਼ਾਮ ਦੇ ਵਿੱਚ ਜਿਹੜਾ ਮੁੱਖ ਮੰਤਰੀ ਹੁੰਦਾ ਵਾ ਉਹ ਆਪਣੇ ਮੰਤਰੀ ਮੰਡਲ ਚ ਪਹਿਲਾ ਹੁੰਦਾ ਪਰ ਸਾਰੇ ਬਰਾਬਰ ਹੁੰਦੇ ਫਰਸਟ ਮੰਗ ਇਕਵਲਸ ਮੰਤਰੀ ਇੱਥੇ ਕੋਈ ਮੈਟਰ ਕਰਦਾ ਆ ਜਿਹੜਾ ਤੁਹਾਡਾ ਜਿਹੜਾ ਹੁਣ ਅੰਮ੍ਰਿਤਸਰ ਤੋਂ ਇਹਨੇ ਮੰਤਰੀ ਅੱਖੀ ਖੜਾ ਕੀਤਾ ਇਹਦੇ ਕੋ ਬਹੁਤ ਦੋ ਇੰਪੋਰਟੈਂਟ ਮੈਕ ਸਿਗੇ ਜੀ ਜਦੋਂ ਇਹਨਾਂ ਨੇ ਪਹਿਲੇ ਸ਼ੁਰੂ ਦੇ ਵਿੱਚ 10000 ਏਕੜ ਜ਼ਮੀਨ ਵੀ ਛੜਾਈ ਆ ਨਿਊਜ਼ ਦੇ ਵਿੱਚ ਆਈ ਆ ਇੱਕ ਇਹ ਛੱਡ ਕੇ ਜਿਹੜੇ ਦੋ ਇੰਪੋਰਟੈਂਟ ਮਹਿਕਮੇ ਸੀਗੇ ਉਹ ਲਾਂਭੇ ਕਰ ਦਿੱਤੇ ਇੱਕ ਮੁੜ ਕੇ ਰਹਿਣ ਦਿੱਤਾ ਉਹਦੇ ਬਾਰੇ ਵੀ ਲੋਕੀ ਗੱਲਾਂ ਕਰਦੇ ਆ ਵੀ ਕਿਉਂ ਕਿੱਦਾਂ ਬਚਿਆ ਕਿੱਦਾਂ ਜੋ ਵੀ ਕੀਤਾ ਉਹਦੇ ਵਿੱਚੋਂ ਕੀਤਾ ਜਾ ਕੇ ਹੁਣ ਕਿਹੜੇ ਨਾ ਦੱਸਣਗੇ ਵੀ ਤੂੰ ਕਿਉਂ ਤੁਹਾਨੂੰ ਵੋਟ ਪਈ ਆ ਆਪਰ ਸਾਭ ਇੱਕ ਸਮਝ ਨਹੀਂ ਆ ਰਹੀ ਦੇਖੋ ਨਾ ਬੀਜੇਪੀ ਮਤਲਬ ਐਮਪੀ ਆਮ ਆਦਮੀ ਪਾਰਟੀ ਦੇ ਉਹ ਰਿੰਕੂ ਸਾਹਿਬ ਅੰਗੁਰਾਲ ਸਾਹਿਬ ਐਮਐਲਏ ਨੇ 3 ਸਾਲ ਅਜੇ ਸੱਤਾ 'ਚ ਪਏ ਨੇ ਉਹਨਾਂ ਦੇ ਛੱਡ ਕੇ ਬੀਜੇਪੀ ਜਾ ਜਾਣਾ ਤੇ ਬੀਜੇਪੀ ਇੰਨੀ ਕੌਨਫੀਡੈਂਟ ਪ੍ਰੈਸ਼ਰ ਕਿਉਂ ਲੱਗ ਰਿਹਾ ਕਿਉਂਕਿ ਉਹ ਜਿਹੜਾ ਬੰਦਾ ਆਂਦਾ ਵੀ ਪਾਰਟੀ 'ਚ ਛਾਲ ਮਾਰ ਕੇ ਉਹ ਤਾਂ ਚਾਹੀਏ ਹੋਵੇ ਰਵਨੀਤ ਬਿੱਟੂ ਲੁਧਿਆਣੇ ਤੋਂ ਚਲੇ ਗਏ ਹੋਰ ਵੀ ਬਹੁਤ ਸਾਰੇ ਲੀਡਰਾਂ ਦੀਆਂ ਚਰਚਾਵਾਂ ਨੇ ਪਿੰਡਾਂ ਦੇ ਵਿੱਚ ਕੁਝ ਥਾਵਾਂ ਤੇ ਬੋਰਡ ਲੱਗੇ ਵੀ ਬੀਜੇਪੀ ਨੂੰ ਔਨ ਨਹੀਂ ਦੇਣਾ ਕਿਸਾਨ ਅੰਦੋਲਨ ਇਹਨਾਂ ਦੀ ਗਲੇ ਦੀ ਜੜੀ ਹੈ ਉਹ ਹੱਡੀ ਬਣਿਆ ਹੋਇਆ ਹੈ ਹੋਰ ਵੀ ਪੰਜਾਬ ਦਾ ਦੇਖੋ ਬਾਰਡਰ ਪੰਜਾਬ ਦਾ ਜੇ ਖੁੱਲ ਸਕਦਾ ਸੀ ਵਪਾਰ ਹੋ ਸਕਦਾ ਸੀ ਉਹ ਇਹਨਾਂ ਨੇ ਬੰਦ ਕੀਤਾ ਵੀ ਤੁਹਾਨੂੰ ਕੀ ਲੱਗਦਾ ਫਿਰ ਬੀਜੇਪੀ ਕਿਹੜੇ ਸਿਰ ਦੇ ਉੱਤੇ ਨੀਂਗਾ ਮਾਰ ਰਹੀ ਹੈ ਦੇਖੋ ਦੋ ਚੀਜ਼ਾਂ ਬੜੀਆਂ ਤੁਸੀਂ ਤਾਂ ਪੱਤਰਕਾਰ ਹੋ ਜਿਆਦਾ ਇਨਵੈਸਟਿਗੇਟਿਵ ਆ ਇਹ ਜਿਹੜੇ ਜਾ ਰਹੇ ਆ ਨਾ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਆ ਪਿੰਡ ਦੇ ਸਰਪੰਚ ਤੋਂ ਲੈ ਕੇ ਤੇ ਪਾਰਲੀਮੈਂਟ ਤੱਕ ਸੋਚੋਂ ਬਹੁਤ ਘੱਟ ਹੋਣਗੇ ਜਿਹੜੇ ਬੇਦਾਗ ਹੋਣਗੇ ਜੀ ਜਿਹੜੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਸ ਪਾਸੇ ਵਲ ਜੇ ਇਹਨਾਂ ਨੂੰ ਡਰ ਸਤਾਇਆ ਵੀ ਸਾਡੇ ਮਗਰ ਈਡੀ ਏਜੰਸੀ ਨਾਲ ਲੱਗਦੀ ਨਾ ਨਾ ਉਹ ਜਦੋਂ ਸਾਹਮਣੇ ਸਬੂਤ ਆ ਜਾਂਦਾ ਹੋ ਦੱਸ ਦਿੰਦੇ ਵੀ ਆ ਕਿਹੜੇ ਪਾਸੇ ਜਾਣਾ ਵਾ ਚੁੱਪ ਕਰਕੇ ਆਉਣਾ ਕਿ ਜਾਂ ਪਾਸੇ ਲੋਣਾ ਡੈਮੇਜ ਬਹੁਤ ਹੋ ਜਾਂਦਾ ਤੁਸੀਂ ਕਿਸੇ ਨੂੰ ਜਿਹੜਾ ਤੁਸੀਂ ਇੱਕ ਵਾਰੀ ਕਰ ਦੋ ਹੁਣ ਕੇਜਰੀਵਾਲ ਆ ਜੇ ਤ ਬਾਹਰ ਨਿਕਲ ਆਉਣਗੇ ਜਦੋਂ ਤੱਕ ਬਾਹਰ ਨਿਕਲਗੇ ਉਦ ਤੱਕ ਤਾਂ ਬਹੁਤ ਕੰਮ ਖਿਲਰ ਚੁੱਕੂਗਾ ਇੱਕ ਵਾਰੀ ਤੇ ਡੈਮੇਜ ਹੋ ਗਿਆ ਜੀ ਇਸੇ ਤਰੀਕੇ ਨਾਲ ਇਹ ਆਪਾਂ ਨਹੀਂ ਜਾਣਦੇ ਕਿ ਕੀ ਇਹਨਾਂ ਦੀ ਮਜਬੂਰੀ ਆ ਕਿਹੜੇ ਬਿੱਟੂ ਸਾਹਿਬ ਦਾ ਕੀ ਉਹਨਾਂ ਕੋ ਰਾਜ ਸੀਗਾ ਚਲੇ ਗਏ ਅਜੇ ਬਿੱਟੂ ਸਾਹਿਬ ਦੀਆਂ ਚਾਰ ਪੀੜ੍ਹੀਆਂ ਨੇ ਕਾਂਗਰਸ ਦੇ ਵਿੱਚ ਜੋ ਚਾਚਾ ਤਾਇਆ ਭੂਆ ਜੋ ਵੀ ਹੈਗਾ ਸੀ ਭਰਾ ਭਤੀਜੇ ਐ ਫਿਰ ਦਾਦਾ ਹੋਰ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਵੱਡੀਆਂ ਪੋਜੀਸ਼ਨਾਂ ਤੇ ਰਹੇ ਉਹਦੇ ਵਿੱਚ ਇਹਨਾਂ ਦੀ ਭੂਆ ਜੀ ਵੀ ਮੰਤਰੀ ਰਹੇ ਹੈਗੇ ਆ ਇੱਕ ਫੁੱਫੜ ਜਿਹੜਾ ਸੀ ਉਹ ਡਾਇਰੈਕਟਰ ਰਿਹਾ ਸੀਗਾ ਚਾਚੇ ਤਾਇਆ ਵੀ ਰਹੇ ਹੈਗੇ ਆ ਇਹਦੇ ਕੋਈ ਜਿੱਥੇ ਸਿਸਟਰ ਵੀ ਆਈ ਹੈ ਉਹ ਵੀ ਆ ਉਹਦਾ ਹੋਰ ਵੀ ਹੋਰ ਰਿਸ਼ਤੇਦਾਰ ਸਾਰੇ ਹੈਗੇ ਸੀ ਚਾਰ ਪੀੜੀਆਂ ਤੋਂ ਇਹ ਕਿਉਂ ਚਲਾ ਗਿਆ ਸਿਰਫ ਇਹਨਾ ਨਹੀਂ ਹੋ ਜਾਂਦਾ ਕਿ ਉਹਨੂੰ ਹਾਰਨ ਦਾ ਡਰ ਸਤਾਉਂਦਾ ਸੀਗਾ ਹੋ ਸਕਦਾ ਕੀ ਰਾਜ ਉਹਨਾਂ ਦੇ ਕੋਲ ਹੋਵੇ ਕਿਦਾਂ ਦਾ ਰਾਜ ਹੋਵੇ ਕਿ ਜਿਹੜਾ ਇੱਕ ਵੀ ਉਹਦਾ ਜਿਹੜਾ ਐਕਸਪੋਜ਼ਰ ਹੈਗਾ ਵਾ ਤੁਹਾਡੇ ਸਾਰੇ ਦੀ ਸਾਰੀ ਐਸੀ ਤਸੀ ਪੇਰ ਦਵੇ ਉਸ ਦਾ ਰਿੰਕੂ ਉਹਨਾਂ ਦੇ ਮਾਮਲੇ 'ਚ ਕੀ ਹੋਵੇ ਆਪਾਂ ਇਹ ਤਾਂ ਜਾਣਦੇ ਆ ਨਾ ਕਿ ਰਾਜਨੀਤੀ ਦੇ ਜਿਹੜੇ ਰਾਜਨੀਤਿਕ ਲੀਡਰ ਹੈਗੇ ਆ ਇਹਨਾਂ 'ਚ ਮੋਰੈਲਿਟੀ ਜਿਹੜੀ ਹੁੰਦੀ ਆ ਮੋਰੈਲਿਟੀ ਸਿਰਫ ਜਿਹੜੀ ਹੁੰਦੀ ਆ ਇਹ ਪੋਲੀਟੀਕਲ ਮੋਰੈਲਿਟੀ ਨਹੀਂ ਹੁੰਦੀ ਮੋਰਲ ਮੈਰੈਲਟੀ ਵੀ ਹੁੰਦੀ ਉਹਦੇ ਵਿੱਚ ਤਾਂ ਜੀ ਪੱ ਸਾਹ ਕੱਲ ਐਸਜੀਪੀਸੀ ਨੇ 1200 ਕਰੋੜ ਤੋਂ ਵੱਧ ਆਪਣਾ ਬਜਟ ਪਾਸ ਕੀਤਾ ਵੀ ਤੁਹਾਨੂੰ ਕੀ ਲੱਗਦਾ ਵੀ ਐਸਜੀਪੀਸੀ ਦਾ ਗਠਨ ਜਿਸ ਕਰਕੇ ਕੀਤਾ ਗਿਆ ਸੀਗਾ ਵੀ ਉਹ ਪਟੰਗ ਹੀ ਆ ਚੀਜ਼ ਤੋਂ ਵੀ ਇਹ ਆਪਣੇ ਦੇਖੋ ਉਹਦਾ ਵੀ ਜਿਵੇਂ ਇੱਕ આરોਪ ਲੱਗਦੇ ਨੇ ਕਿ ਬਾਦਲ ਪਰਿਵਾਰ ਦਾ ਕਬਜ਼ਾ ਹੈ ਜੀ ਜਿ ਸਾਰੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਹੁਣ ਐਸਜੀਪੀ ਧਰਮ ਪ੍ਰਚਾਰ ਨੂੰ ਦੇਖੋ ਪੰਜਾਬ 'ਚ ਕੀ ਹਾਲਾਤ ਹੈ ਧਰਮ ਪਰਿਵਰਤਨ ਹੋ ਰਿਹਾ ਹੈ ਬਹੁਤ ਸਾਰਾ ਤੁਹਾਨੂੰ ਕੀ ਲੱਗਦਾ ਕਿ ਐਸਜੀਪੀਸੀ ਠੀਕਲੀ ਤੇ ਕੰਮ ਕਰ ਰਹੀ ਹੈ ਨੇ ਐਸਪੀਸੀ ਦਾ ਬਹੁਤ ਗਲੋਰੀਅਸ ਹਿਸਟਰੀ ਹੈ ਜਦੋਂ ਐਸਪੀਸੀ ਬਣੀ ਸੀ ਆਪਾਂ ਸਾਰਿਆਂ ਨੂੰ ਪਤਾ ਕਿਸ ਤਰੀਏ ਗੁਰਦੁਆਰਾ ਸੁਧਾਰ ਮੂਵਮੈਂਟ ਚਲਾਈ ਗਈ ਸੀ ਤੇਜਾ ਸਿੰਘ ਸਮੁੰਦਰੀ ਦਾ ਨਾਮ ਤੁਸੀਂ ਸੁਣਿਆ ਹੋਣਾ ਜੀ ਜੀ ਉਹਨਾਂ ਦੇ ਉਹਨਾਂ ਬੀਜੇਪੀ ਤੋਂ ਉਹਨਾਂ ਦੇ ਪੋਤੇ ਮੰਗਰੇ ਜੀ ਟਿਕਟ ਸ਼ਾਇਦ ਮਿਲੀ ਜਾਈ ਉਹਨਾਂ ਨੂੰ ਚਲੋ ਉਹ ਦੂਸਰੀ ਕਹਾਣੀ ਹੈਗੀ ਆ ਫਿਰ ਪਹਿਲੀ ਵਾਰੀ ਮਹਾਤਮਾ ਜਦੋਂ ਇਹਨੂੰ ਲਿਬ੍ਰੇਟ ਕਰਾਇਆ ਸੀ ਜ ਮੋਰਚਾ ਗੁਰੂ ਕੇ ਬਾਗ ਦੇ ਮੋਰਚੇ ਦੀਆਂ ਚਾਬੀਆਂ ਲਈਆਂ ਸੀ ਮਾਨਤਾ ਕੋ ਮਹਾਤਮਾ ਗਾਂਧੀ ਨੇ ਟੈਲੀਗ੍ਰਾਮ ਦਿੱਤੀ ਸੀ ਕਿ ਫਸਟ ਵਾਰ ਜਿਹੜੀ ਇੰਡੀਪੈਂਡੈਂਸ ਦੀ ਉਹ ਜਿੱਤੀ ਗਈ ਆ ਉਸ ਸਮੇਂ ਦੇ ਕਾਲੀ ਲੀਡਰਾਂ ਨੇ ਉਹ ਅਕਾਲੀ ਕਾਂਗਰਸ ਕਾਮਰੇਡ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਸਾਰਿਆਂ ਦਾ ਇੱਕੋ ਏਜੰਡਾ ਸੀ ਦੇਸ਼ ਨੂੰ ਲਿਬ੍ਰੇਟ ਕਰਉਣਾ ਇਹ ਵੀ ਗੱਲ ਆਈ ਵੀ ਇਹ ਗੁਰਦੁਆਰਾ ਦੇ ਲਿਬ੍ਰੇਟ ਹੋ ਗਿਆ ਹੁਣ ਵੱਡਾ ਗੁਰਦੁਆਰਾ ਉਹਨਾਂ ਲਈ ਵੱਡਾ ਗੁਰਦੁਆਰਾ ਦੇਸ਼ ਹੁੰਦਾ ਸੀਗਾ ਉਹਨੂੰ ਲਿਬ੍ਰੇਟ ਕੀਤਾ ਜਾਵੇ ਫਿਰ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਧਾਰਮਿਕ ਜਥੇਬੰਦੀ ਹੈਗੀ ਜਿਹਦਾ ਇਹ ਵਿਧਾਨ ਹੈ ਕਹਿੰਦਾ ਵੀ ਡੈਮੋਕਰੇਟਿਕਲੀ ਇਲੈਕਟਿਡ ਲੋਕ ਜਿਹੜੇ ਆ ਇਹਨੂੰ ਚਲਾਉਣਗੇ ਉਹਦੇ ਵਿੱਚ ਬਸ ਵਿੱਚ ਕੋਈ ਸ਼ੱਕ ਨਹੀਂ ਜੀ ਬੜਾ ਇਤਿਹਾਸ ਰਿਹਾ ਹੈ ਬਹੁਤ ਮੋਰਚੇ ਵੀ ਲਾਏ ਬਹੁਤ ਅੱਜ ਦੀ ਗੱਲ ਕਰ ਰਹ ਅਇਤਾ ਜਦੋਂ ਸਾਰੀ ਡਿਜ਼ਿਨੇਸ਼ਨ ਹੋਈ ਆ ਸਮਾਜ ਚ ਡਿਜ਼ਿਨੇਸ਼ਨ ਹੈਗੀ ਆ ਰਾਜਨੀਤੀ ਚ ਹੋ ਗਈ ਆ ਧਰਮ ਦੇ ਵਿੱਚ ਵੀ ਹੋ ਗਈ ਆ ਔਰ ਇਹ ਗੱਲ ਤੁਹਾਡੀ ਠੀਕ ਹੈਗੀ ਆ ਅਕਾਲੀ ਦਲ ਦਾ ਡਿਕਲਾਈਨ ਉਹ ਤੋਂ ਸ਼ੁਰੂ ਹੁੰਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈਗਾ ਸਾਰੀਆਂ ਪਾਵਰਾਂ ਆਪਣੇ ਕੋਲ ਲੈ ਕੇ ਤੇ ਆਪਣੇ ਮੁੰਡੇ ਨੂੰ ਸ਼੍ਰੋਮਣੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਾਉਂਦਾ ਇਹ ਕਦੀ ਨਹੀਂ ਸੀ ਹੋਇਆ ਕਿ ਪਿਓ ਤੋਂ ਇਹ ਪ੍ਰਧਾਨ ਬਣਿਆ ਸੀਗਾ ਅਕਾਲੀ ਦਲ ਇੱਕ ਪਰਿਵਾਰ ਦੀ ਜਾਇਦਾਦ ਰਹਿ ਗਿਆ ਕਿਉਂਕਿ ਜਦੋਂ ਕੁਝ ਪਰਿਵਾਰਾਂ ਦੀ ਜਾਇਦਾਦ ਰਹਿ ਗਈ ਇਹ ਗੱਲ ਠੀਕ ਹੈਗੀ ਆ ਕਿ ਪੰਜਾਬ ਦੇ ਲੋਕ ਕਿਉਂਕਿ ਜਦੋਂ ਇਹ ਇਲੈਕਸ਼ਨ ਹੁੰਦੀ ਆ ਉਹ ਆਪਣੇ ਸਾਹਮਣੇ ਜਿਹੜਾ ਤੁਸੀਂ ਅੱਜ 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 ਮੈਂ ਕਹਿੰਦਾ ਅੱਜ ਇਲੈਕਸ਼ਨ ਹੋ ਜੇ ਗੱਲ ਮੈਂ ਦਾਅਵੇ ਨਾ ਕਹਿ ਸਕਦਾ ਸ਼੍ਰੋਮਣੀ ਕਾਲੀ ਦਲ ਬਾਦਲ ਜਿਹੜਾ ਹੈਗਾ ਵਾ ਉਹ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਉੱਚ 100 ਨੁਕਸ ਹੋਵੇ ਲੋਕਾਂ ਨੇ ਉਹ ਵੋਟ ਪਾ ਦੇਣੀ ਬਹੁਤ ਇਹ ਅੱਜ ਕਰਵਾ ਕੇ ਦੇਖ ਲੋ ਤੁਸੀਂ ਲੋਕਾਂ ਨਾਲ ਗੱਲਬਾਤ ਕਰਕੇ ਜਾ ਕੇ ਵੇਖੋ ਉਹਨਾਂ ਲਈ ਹੋਰ ਜਿਹੜੇ ਲੋਕ ਹੈਗੇ ਆ ਕਾਂਗਰਸੀ ਸਹਾਸਨਤ ਬੋਰਡ ਕੈਰੋ ਨੇ ਜ਼ੋਰ ਲਾ ਕੇ ਹਟ ਗਿਆ ਸੀ ਨਹੀਂ ਬਣਿਆ ਉਹਦੇ ਵਿੱਚੋਂ ਹੋਰ ਬਾਅਦ ਵਿੱਚ ਬਹੁਤ ਜ਼ੋਰ ਲੱਗਦੇ ਰਿਹਾ ਟੋੜਾ ਸਾਹਿਬ ਨੇ ਸ਼ੁਰੂ ਕੀਤਾ ਭਾਈ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਨਹੀਂ ਹੋਇਆ ਪਰ ਸਮੱਸਿਆ ਇਹ ਹੈਗੀ ਕਿ ਜਦੋਂ ਤੁਸੀਂ ਪਾਵਰ ਨੂੰ ਸੈਂਟਰਲਾਈਜ਼ ਕਰਦੇ ਹੋ ਜਿਸ ਤਰੀਕੇ ਨਾਲ ਜਥੇਦਾਰ ਲਾਏ ਜਾਂਦੇ ਆ ਜਥੇਦਾਰਾਂ ਦੀ ਰਿਸਪੈਕਟ ਹੋਰ ਹੁੰਦੀ ਸੀ ਜੀ ਇੱਕ ਸਮਾਂ ਹੁੰਦਾ ਸੀ ਜਥੇਦਾਰ ਸਾਹਿਬ ਬਾਜ਼ਾਰ ਚੋਂ ਲੰਘਦੇ ਹੁੰਦੇ ਸੀ ਲੋਕੀ ਪੈਰੋਂ ਜੁੱਤੀ ਲਾ ਕੇ ਤੇ ਖੜੇ ਹੋ ਜਾਂਦੇ ਸੀ ਤੁਸੀਂ ਦੇਖਿਆ ਹੋਣਾ ਇਹ ਆਪਣੇ ਬਜ਼ੁਰਗਾਂ ਕੋ ਸੁਣਿਆ ਜਥੇਦਾਰ ਦਾ ਜਿਹੜਾ ਹੁਕਮ ਹੁੰਦਾ ਸੀ ਜਦੋਂ ਪਿੰਡ ਜਾਂਦਾ ਹੁੰਦਾ ਸੀ ਤੇ ਜਿਹੜਾ ਪਿੰਡ ਦਾ ਪਾਈ ਸੁਣਾਉਂਦਾ ਸੀ ਵੀ ਅੱਜ ਇਹ ਹੁਕਮ ਆਇਆ ਜੀ ਆਹ ਇਦਾਂ ਕਰਨਾ ਗੁਰਦੁਆਰੇ ਦੇ ਵਿੱਚ ਲੋਕੀ ਐਂ ਸੁਣ ਕੇ ਸੁਣ ਕੇ ਤੇ ਉਦਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀ ਪਰ ਜਿਸ ਤਰੀਕੇ ਨਾਲ ਪੋਲਿਟਿਕਲ ਅਪੁਆਇੰਟਮੈਂਟ ਜਥੇਦਾਰ ਦੀਆਂ ਹੋਈਆਂ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਪੋਲਿਟਿਕਲ ਪਾਵਰ ਲਈ ਯੂਜ਼ ਕੀਤਾ ਗਿਆ ਖਾਸ ਕਰਕੇ ਉਹ ਰਾਮ ਰਹੀਮ ਵਾਲੇ ਮਸਲੇ ਦੇ ਵਿੱਚ ਇਹ ਡਿਜੇਨੇਸ਼ਨ ਸਾਰੇ ਪਾਸੋਂ ਡਿਜੇਨੇਸ਼ਨ ਹੈਗੀ ਆ ਔਰ ਇਹ ਡਿਜੇਨੇਸ਼ਨ ਦਾ ਕਾਰਨ ਹੈਗਾ ਕਿ ਜਿਹੜੇ ਤਾਕਤ ਦੇ ਵਿੱਚ ਹੁੰਦੇ ਆ ਉਹ ਬਹੁਤ ਇਨਸਿਕਿਓਰ ਲੋਕ ਆ ਐਸ ਵੇਲੇ ਜੇ ਲੋਕੀ ਵੀ ਨੇ ਹੱਥੇ ਹੋਏ ਆ ਤੇ ਜਿਹੜੇ ਸਾਡੇ ਚੁਣੇ ਹੋਏ ਨਮਾਇंदे ਆ ਜਿਹੜੇ ਰਾਜਨੀਤਿਕ ਵਾਨ ਆ ਤੁਸੀਂ ਦੇਖੋ ਇਸ ਵੇਲੇ ਬੀਜੇਪੀ ਕਿੰਨੀ ਜਿਹੜੀ ਹੈਲਪਲੈਸ ਹੋ ਉਹ ਕੋਈ ਵੀ ਆ ਜਾਂਦਾ ਵਾ ਹੈ ਤਾਕਤ ਲਈ ਜਿਥੋਂ 42 44 ਬੰਦਿਆਂ ਦਾ ਜਿਹੜੇ ਪਾਰਟੀਆਂ ਦਾ ਉਹਨਾਂ ਨੇ ਗਰੁੱਪ ਬਣਾ ਕੇ ਬੈਠ ਗਏ ਹੁਣ ਅਜੇ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀਆਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀਆਂ ਪ੍ਰਿੰਸੀਪਲ ਨਾ ਦਾ ਕੋਈ ਚੀਜ਼ ਨਹੀਂ ਹੈ ਕਿਤੇ ਹੁੰਦਾ 70 ਸਾਲ ਤੱਕ ਟਿਕਟ ਨਹੀਂ ਦੇਣੀ 75 ਸਾਲ ਤੱਕ ਹੁਣ ਜਿਹੜਾ ਵਿਨਿੰਗ ਆ ਗਿਆ ਹਰ ਕੋਈ ਜਿੱਤਣਾ ਚਾਹੁੰਦਾ ਭੰਡਾਰੀ ਸਾਹਿਬ ਇਹ ਦੇਸ਼ ਦੀ ਸਭ ਤੋਂ ਵੱਡੀ ਤਰਾਸ਼ ਦੀ ਹੈਗੀ ਆ ਆਪਾਂ ਤੁਸੀਂ ਬਹੁਤ ਇਲੈਕਸ਼ਨਾਂ ਵੇਖੀਆਂ ਹਾਰਦੇ ਵੀ ਗ੍ਰੇਸਫੁਲ ਹੁੰਦੇ ਸੀਗੇ ਜੀ ਹੈ ਹੁਣ ਕੋਈ ਹਾਰਨਾ ਨਹੀਂ ਚਾਹੁੰਦਾ ਹਰ ਕੋਈ ਜਿੱਤਣਾ ਚਾਹੁੰਦਾ ਔਰ ਉਹ ਜਿੱਤ ਦੇ ਵਿੱਚ ਕੋਈ ਵੀ ਤਰੀਕਾ ਅਡਾਪਟ ਕਰਨਾ ਚਾਹੁੰਦਾ ਇਹ ਜਿਹੜੀ ਇਹ ਜਿਹੜੀ ਸਥਿਤੀ ਹੈਗੀ ਆ ਇਹ ਬਹੁਤ ਖਤਰਨਾਕ ਪਰ ਸਰ ਫਿਰ ਦੇਸ਼ ਨੂੰ ਕਿੱਧਰ ਲੈ ਜਾਏਗੀ ਤੇ ਖਤਮ ਕਰਾਂਗੇ ਲੋਕਾਂ ਨੂੰ ਕੀ ਲੋਕ ਕਿੱਥੇ ਫਿਰ ਸਵਾਲ ਹੈ ਕਿ ਕਿੱਥੇ ਜਾਣ ਮੈਨੂੰ ਜਿਆਦਾ ਇਹ ਕਿ ਐਸ ਤਰ੍ਹਾਂ ਲੋਕਾਂ ਨੂੰ ਠਿਰ ਬਣਨਾ ਚਾਹੀਦਾ ਲੋਕੀ ਸਿਆਣੇ ਆ ਲੋਕਾਂ ਦੀ ਪੋਲੀਟੀਕਲ ਸਮਝ ਹੈਗੀ ਆ ਇਹ ਠੀਕ ਆ ਕਿ ਇਹ ਬਹੁਤ ਲੱਗਦਾ ਹੁੰਦਾ ਬਹੁਤ ਸਾਰੇ ਫੈਕਟਰ ਹੁੰਦੇ ਬੀਜੇਪੀ ਸਿਰਫ ਧਰਮ ਕਰਕੇ ਨਹੀਂ ਜਿੱਤਦੀ ਜਾਂ ਜਾਤ ਪਾਤ ਨੂੰ ਵੰਡ ਕੇ ਨਹੀਂ ਜਿੱਤਦੀ ਹੋਰ ਬਾਰੇ ਤਰੀਕੇ ਵੀ ਹੈਗੇ ਆ ਰੀਜਨਲ ਪਾਰਟੀਆਂ ਨੇ ਆਪਣਾ ਅਸਤ ਮਤਲਬ ਜਿਹੜਾ ਖਤਮ ਕਰ ਲਿਆ ਕਾਂਗਰਸ ਪਾਰਟੀ ਕਿਉਂਕਿ ਲੰਬੀ ਪਾਰਟੀ ਸੀ ਬਹੁਤ ਜਿਆਦਾ ਡੀਜਨਰੇਸ਼ਨ ਉਹਦੇ ਵਿੱਚ ਆ ਗਈ ਬਹੁਤ ਸਾਰੇ ਵੈਸਟਰਨ ਇੰਟਰਸਟ ਸ਼ੁਰੂ ਹੋ ਗਏ ਭਾਵੇਂ ਕਿ ਜੋ 70 80% ਜਿਹੜੇ ਕੰਮ ਬੀਜੇਪੀ ਉਹ ਸਾਰੇ ਹੁਣ ਕਾਂਗਰਸ ਵਾਲੇ ਉਸ ਪਾਸੇ ਚਲੇ ਗਏ ਆਹੀ ਪਰਫੁੱਲ ਪਟੇਲ ਜਿਹਦੇ ਉੱਤੇ 840 ਕਰੋੜ ਦੇ ਹੈ ਉਹ ਦੇਖੋ ਤੁਸੀਂ ਉਹਨੂੰ ਕਲੀਨ ਸਾਫ ਕਰਤਾ ਅਸ਼ੋਕ ਚਾਹਾਨ ਮੁੱਖ ਮੰਤਰੀ ਰਿਆ ਦੋਵਰੀ ਉਹਦਾ ਫਾਦਰ ਜਿਹੜਾ ਹੈਗਾ ਸੀ ਐਸਪੀ ਚੋਹਾਨ ਸੀਗਾ ਹੋਮ ਮਿਨਿਸਟਰ ਰਿਆ ਉਹ ਉੱਥੇ ਛੱਡ ਕੇ ਚਲੇ ਗਏ ਵਾਸ਼ਿੰਗ ਮਸ਼ੀਨ ਵਾਲਾ ਕੰਮ ਬਣ ਗਿਆ ਇਹ ਖਲਾਰਾ ਪੈਣਾ ਕਈ ਵਾਰੀ ਤਾਂ ਮੈਂ ਸੋਚਦਾ ਹਾਂ ਨਾ ਵੀ ਜਿੰਨਾ ਹੋਰ ਥੱਲੇ ਬੈਠ ਜਾਵੇ ਔਰ ਗਰਖ ਜੇ ਬੇੜਾ ਉਹਨਾਂ ਹੀ ਠੀਕ ਆ ਪਰ ਡਰੇ ਲੱਗਦਾ ਕਿ ਜੇ ਇੱਥੇ ਖਲਾਰਾ ਪੈ ਗਿਆ ਦੇਸ਼ ਚ ਡਾਇਵਰਸਟੀ ਬਹੁਤ ਜ਼ਿਆਦੀ ਆ ਦੇਸ਼ ਚ ਵਖਰੇਵੇਂ ਬਹੁਤ ਜ਼ਿਆਦੇ ਆ ਦੇਸ਼ ਦੇ ਵਿੱਚ ਹਰ ਕੋਈ ਏਰੀਆ ਆਪਣੇ ਆਪ ਨੇ ਇੰਡੀਪੈਂਡੈਂਟ ਹੈ ਉਹਨੂੰ ਸੰਭਾਲੂ ਕੌਣ ਜੀ ਐਡੇ ਵੱਡੇ ਦੇਸ਼ ਨੂੰ ਐਡੇ ਵੱਡੇ ਲੋਕਾਂ ਨੂੰ ਤੁਸੀਂ ਪੁਲਿਸ ਦੇ ਜ਼ੋਰ ਨਾਲ ਕਾਬੂ ਨਹੀਂ ਕਰ ਸਕਦੇ ਤੁਸੀਂ ਆਰਮੀ ਦੇ ਜ਼ੋਰ ਨਾਲ ਕਾਬੂ ਨਹੀਂ ਕਰ ਸਕਦੇ ਤੁਸੀਂ ਕਾਨੂੰਨ ਦੇ ਜ਼ੋਰ ਨਾਲ ਕਾਬੂ ਨਹੀਂ ਕਰ ਸਕਦੇ ਉਹਨਾਂ ਨੂੰ ਤੇ ਉਹਨਾਂ ਦੀ ਸਹਿਮਤੀ ਨਾਲ ਕਾਬੂ ਕੀਤਾ ਜਾ ਸਕਦਾ ਸਹਿਮਤੀ ਉਹ ਹੁੰਦੀ ਆ ਕਿ ਤੁਸੀਂ ਮੁੱਦਿਆਂ ਤੇ ਸਹਿਮਤੀ ਹੋ ਸਕਦੀ ਆ ਜਿਦਾ ਗਰੀਬੀ ਹਟਾਉਣਾ ਇਹ ਮੁੱਦਾ ਹੈ ਅਨਪਲਾਈਮੈਂਟਿਕ ਮੁੱਦਾ ਹੈ ਹੈ ਧਾਰਮਿਕ ਜਿਹੜੀ ਤੁਹਾਡੀ ਸੁਤੰਤਰਤਾ ਇਹ ਇੱਕ ਮੁੱਦਾ ਹੈ ਤੋਂ ਖਲਾਰਾ ਬਹੁਤ ਵੱਧ ਰਿਹਾ ਮੈਨੂੰ ਲੱਗਦਾ ਵੀ ਲੋਕਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਟਿਰ ਬਣ ਕੇ ਸੋਚ ਸਮਝ ਕੇ ਆਪਣਾ ਪਿਛਲਾ ਅਗਲਾ ਵੇਖ ਕੇ ਆਪਣੀਆਂ ਜਿਹੜੀਆਂ ਖਾਸ ਕਰਕੇ ਲਾਈਕਿੰਗ ਡਿਸਲਾਈਕਿੰਗ ਨੂੰ ਲਾਂਭੇ ਛੱਡ ਕੇ ਦੇਸ਼ हित ਚ ਕੀ ਹੋ ਸਕਦਾ ਕਿਹੜੀ ਪਾਰਟੀ ਆ ਕਿਹੜੀ ਪਾਰਟੀ ਲੋਕਾਂ ਦੀ ਲੜ ਰਹੀ ਆ ਕਿਹੜਾ ਲੀਡਰ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਮੀਡੀਆ ਨੂੰ ਛੱਡ ਦਿਓ ਮੈਸਤੀ ਮੀਡੀਆ ਜਿਹੜਾ ਹੈਗਾ ਉਹ ਨੂੰ ਉਹ ਤੇ ਵੇਖਣਾ ਲੋਕੇ ਬੰਦ ਕਰ ਦੇਣ ਅਖਬਾਰਾਂ ਪੜ੍ਹਨੀਆਂ ਥੋੜੀਆਂ ਵਧੀਆ ਬੰਦ ਕਰ ਦੇਣੀਆਂ ਚਾਹੀਦੀਆਂ ਵਾ ਇਹ ਸੋਚਣਾ ਚਾਹੀਦਾ ਕਿ ਮੇਰੇ ਬੱਚਿਆਂ ਦਾ ਭੁੱਖ ਕਿੱਥੇ ਆ ਸਭ ਨੂੰ ਪਤਾ ਕਿ ਬੱਚਿਆਂ ਦਾ ਭੁੱਖ ਮੇਰੀ ਵਿੱਦਿਆ ਦੇ ਵਿੱਚ ਹੈ ਸਭ ਨੂੰ ਪਤਾ ਕਿ ਬੱਚਿਆਂ ਦਾ ਭੁੱਖ ਮੇਰੀ ਚੰਗੀ ਸਿਹਤ ਦੇ ਵਿੱਚ ਆ ਸਭ ਨੂੰ ਪਤਾ ਕਿ ਚੰਗਾ ਲਾਇਨ ਆਰਡਰ ਚਾਹੀਦਾ ਹੈ ਸਭ ਨੂੰ ਚੰਗਾ ਹੈ ਕਿ ਮੇਰਾ ਇਸ ਸੰਸਥਾਵਾਂ ਤੇ ਮੈਨੂੰ ਇਨਸਾਫ ਚਾਹੀਦਾ ਹੈ ਮੇਰੇ ਨਾਲ ਧੱਕਾ ਨਾ ਹੋਵੇ ਇਹ ਮੁੱਦੇ ਸਾਹਮਣੇ ਰੱਖ ਕੇ ਜਿਹੜਾ ਹੈਗਾ ਉਸ ਕੈਂਡੀਡੇਟ ਨੂੰ ਜੇ ਆ ਉਹਨਾਂ ਪਾਰਟੀਆਂ ਨੂੰ ਵੋਟ ਪਾਉਣ ਜੇ ਉਹ ਨਹੀਂ ਕੋਈ ਚੰਗਾ ਲੱਗਦਾ ਤੇ ਨੋਟਾ ਜ਼ਰੂਰ ਦਬਾਉਣ ਔਰ ਇਹਨਾਂ ਨੋਟਾ ਦਬਾਇਆ ਜਾਵੇ ਉਸ ਹਲਕੇ ਦੇ ਵਿੱਚ ਕਿ ਉੱਥੇ ਉਹ ਲੋਕ ਇਲੈਕਸ਼ਨ ਤੋਂ ਬਾਹਰ ਹੋ ਜਾਣ ਹੋਰ ਨਵੇਂ ਹੋ ਜਾਣ ਇਹ ਚੱਲਦਾ ਰਹੂਗਾ ਮੈਨੂੰ ਤੇ ਆਸ ਬਹੁਤ ਹੈ ਲੋਕਾਂ ਤੋਂ ਆਸ ਹੈ ਕਿ 2024 ਦੇ ਵਿੱਚ ਲੋਕਾਂ ਦੇ ਹੌਸਲੇ ਦੇ ਨਾਲ ਹੋ ਸਕਦਾ ਕਿ ਜਿਹੜਾ ਲੋਕਤੰਤਰ ਵਾ ਉਹਦੇ ਵਿੱਚ ਕਿੰਨਾ ਵੀ ਕਿਰਨ ਆਸ ਦੀ ਕਰਨ ਜੜੀ ਆ ਦੇਖੀ ਅੱਛਾ ਧੰਨਵਾਦ ਪ੍ਰੋਫੈਸਰ ਸਾਡੇ ਨਾਲ ਗੱਲ ਕਰਨ ਲਈ ਐਸਨ ਪਰਸਜ ਗਰੂਪ ਸਿੰਘ ਸੇਖੋਂ ਕਿਸ ਤਰ੍ਹਾਂ ਨੇ ਰਾਜਨੀਤਿਕ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ ਵੀ ਲੋਕਾਂ ਦਾ ਜਿਹੜਾ ਹੈ ਨਾ ਵਿਸ਼ਵਾਸ ਕੀਤਾ ਰਾਜਨੀਤਿਕ ਪਾਰਟੀਆਂ ਦੇ ਉੱਤੇ ਪਰ ਉਹਨਾਂ ਨੇ ਲੋਕਾਂ ਦੇ ਨਾਲ ਜਿਹੜਾ ਨਾਂ ਇਨਸਾਫੀ ਕੀਤੀ ਲੋਕਾਂ ਦੇ ਨਾਲ ਇੱਕ ਕਿਸਮ ਦਾ ਧਰੋ ਕੀਤਾ ਇਸ ਕਰਕੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਸਾਡੀ ਤੇ ਸਭ ਨੂੰ ਅਪੀਲ ਹੈ ਕਿ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਬਹੁਤ ਸਾਰੀਆਂ ਧਾਮਾਂ ਤੇ ਦੇਖਦੇ ਆ ਕਿਤੇ 60% ਪੋਲਿੰਗ ਹੁੰਦੀ ਹੈ ਕਿਤੇ 65 ਹੁੰਦੀ ਹੈ ਕਿਤੇ 70 ਹੁੰਦੀ ਹੈ ਜਿਹੜੇ 30% ਪੋਲ ਨਹੀਂ ਕਰਦੇ ਜਾਂ 35% ਪੋਲ ਨਹੀਂ ਕਰਦੇ ਜਿਵੇਂ ਪ੍ਰਸ਼ਾਸਨ ਨੇ ਕਿਹਾ ਵੀ ਨੋਟਾ ਹੀ ਦਬਾ ਦਿਓ ਤਾਂ ਕਿ ਕਮ ਸੇ ਕਮ ਆਪਣ ਤੁਹਾਡੀ ਜਿਹੜੀ ਆਵਾਜ਼ ਹੈ ਉਹ ਉਹਨਾਂ ਲੋਕਾਂ ਤੱਕ ਤੇ ਜਾਵੇ ਜਿਹੜੇ ਆਪਣੇ ਆਪ ਨੂੰ ਇਸ ਦੇਸ਼ ਦਾ ਪੈਰੋਕਾਰ ਕਹਿੰਦੇ ਨੇ ਸਾਨੂੰ ਦੀ ਉਜ਼ਾਰਤ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸ਼ਸ਼ੀਕਲ ਨ